5 ਸਾਲ ਆਪ ਕੋਸ਼ਿਸ਼ੇ ਦੇ ਰਹੇ ਹੋ ਤਾਂ ਕੋਈ ਆਸਟ੍ਰੇਲੀਅਨ ਗਰਲਫ੍ਰੈਂਡ ਨਹੀਂ ਉਹ ਅਸਲੀ ਲੌਂਗ ਡਿਸਟੈਂਸ ਰਿਲੇਸ਼ਨ ਅਫੋਰਡ ਕਰਦੇ ਸੀ ਬਚਪਨ ਦੇ ਰਿਲੇਸ਼ਨ ਦਾ ਬੋਲੀ ਬਲੀ ਹੋਇਆ ਬਹੁਤ ਮੈਂ ਜਾ ਕੇ ਮੰਮੀ ਨੂੰ ਸ਼ਿਕਾਇਤ ਲਉ ਮੰਮੀ ਨੇ ਦੋ ਥੱਪੜ ਹੋਰ ਮਾਰਨੇ ਨੇ ਮੈਨੂੰ ਸਿੰਗਰ ਕਿਵੇਂ ਬਣ ਗਿਆ ਆਪ ਜੋਕ 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 ਤੂੰ ਮੇਰੇ ਤੋਂ ਅੱਗੋਂ ਸ਼ੁਰੂ ਕੀਤਾ ਸੀ ਮੈਂ ਤੇਰੇ ਤੋਂ ਪਿੱਛੋਂ ਸ਼ੁਰੂ ਕੀਤਾ ਸੀ ਅੱਜ ਦੱਸ ਕਿੱਥੇ ਆ ਤੁਹਾਨੂੰ ਪਤਾ ਤੁਸੀਂ ਸਾਲੇ ਉਹ ਕੌਣ ਹੋ ਉਹਨੇ ਆ ਕੇ ਮੇਰੇ ਥੱਪੜ ਮਾਰਿਆ ਕਹਿੰਦਾ ਸਾਲੇ ਤੂੰ ਕਿੱਧਰ ਚਲਾ ਗਿਆ ਸੀ ਭਾਜੀ ਬੱਸ ਸੱਸ ਨਹੀਂ ਕਰੇ ਅੰਨੇ ਲੈਣੇ ਮਿਲਾਂਗੇ ਲਾਜਤ ਹੈ ਮੈਂ ਆਜ ਦਿਨ ਰਾਉ ਮੈਂ 16 ਬੜਾ ਕਰਾਈ ਹੈ हेलो दोस्तों वेलकम बैक द अनदर एपिसोड ऑफ वगैरह वगैरह विद यमराज और और आज हमारे साथ जो गेस्ट हैं मतलब उनकी तारीफ में हम क्या ही बोले वो क्या क्या नहीं करते हैं डायरेक्टर हैं सब कुछ है जो चीज नहीं बनने लगती वो बन जाते हैं <laughs> 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 तो सीधा स्वागत करते हैं परमेश्वर सत्य कैसे है आप हमारा पहला सवाल यही होता है ਵੀਰੇ ਚੱਲ ਰਹੀ ਹੈ ਜ਼ਿੰਦਗੀ। ਕੀ ਖਾ ਕੇ ਬ੍ਰੇਕਫਾਸਟ ਕਰਕੇ ਆਏ ਹੋ ਆਪ? ਐਗ ਵਾਈਟ ਆਮਲੇਟ ਤੇ ਨਾਲ ਦੋ ਬ੍ਰੈਡ ਦੇ ਪੀਸ। ਬਸ ਨਾਲ ਚਾਹ, 슈ਗਰ ਫਰੀ ਵਾਲੀ। ਅੱਛਾ ਚਾਹੇ ਪਸੰਦ ਆ ਆਪਕੋ? ਕੀ ਪਰ ਬਹੁਤ ਵਧੀਆ ਲੱਗਦੀ ਹੈ। ਕੀ ਲਵਰ? ਚਾਹ ਦੇ ਬਿਸਕਟ। ਕੌਫੀ ਲਵਰ ਕੋ ਕਾਲੀ ਦੇ ਦੋ ਫਿਰ ਇੱਕ। ਨਹੀਂ ਨਹੀਂ ਕੌਫੀ ਮੈਨੂੰ ਬਹੁਤ ਵਧੀਆ ਲੱਗਦੀ ਹੈ। ਪਰ ਮੂਡ ਤੇ ਡਿਪੈਂਡ ਕਰਦਾ ਜੇ ਤਾਂ ਘਰੇ ਹੋਈਏ ਫਿਰ ਚਾਹ। ਜੇ ਕਿਤੇ ਬਾਹਰ ਐ ਥੋੜਾ ਐ ਸ਼ੋਅ ਆਫ ਜਾ ਕਰਨਾ ਕਿ ਯਾਰ ਮੈਂ ਵੀ ਦੇਖੋ ਤੁਹਾਡੇ ਵਰਗਾ ਹੀ ਆ। ਫਿਰ ਮੈਨੂੰ ਨਾਲ ਗੇਟੋ ਲਾਟੇ ਪਲੀਜ਼। ਜਿ세 ਭਾਜੀ ਮੈਂ ਕਦੇ ਨਿਕਲਦਾ ਵੈਸੀ ਨ से तो <laughs> <laughs> कभी नुक्कड़ पे रुक जाता हूं ऐसे अकेले और नहीं। कर दी, हजार, दो हजार पराठे देगा और छोले देगा क्लास ही लगते हैं मेरे को लाला चलाता है देखते फूडी नहीं नीचे देखूंगा ना खड़ा तो एक पराठा ले लूंगा हम्बल बनने की कोशिश करा जी आपका कुछ फूड एक हम्बल दो ਰੋਟੀ ਤਾਂ ਮੈਨੂੰ ਘਰ ਦੀ ਉਹ ਵਧੀਆ ਲੱਗਦੀ ਹੈ ਤੂੰ ਬੰਦਾ ਘਰ ਕੀ ਸਬਜ਼ੀ ਛੋੜ ਕੇ ਨਿਕਲਦਾ ਹੈ ਪੀਜ਼ਾ 버ਗਰ ਪਾਸਤਾ ਸਾਰੀ ਦੁਨੀਆ ਘੁੰਮ ਕੇ ਵਾਪਸ ਆਰਗੈਨਿਕ ਹੀ ਖਾਣ ਲੱਗ ਜਾਂਦਾ ਮੁੜ ਤੜ ਖੋਤੀ ਬੋਰਡ ਥੱਲੇ ਉਹ ਪੰਜਾਬੀ ਦੀ ਕਹਾਵਤ ਹੈ ਸੋ ਮੈਨੂੰ ਲੱਗਦਾ ਹੈ ਕਿ ਠੀਕ ਹੈ ਲੇਕਿਨ ਉਹ ਸਫਰ ਵੀ ਜ਼ਰੂਰੀ ਹੈ ਤਾਂ ਰੋਟੀ ਪਾਣੀ ਦਾ ਤਾਂ ਹੁਣ ਮੇਰਾ ਕੋਈ ਏਡੀ ਐਕਸਾਈਟਮੈਂਟ ਰਹੀ ਨਹੀਂ ਫੋਜ ਨਹੀਂ ਆ ਬੰਦਾ ਐਸ ਸੱਚ ਥਿਸ ਇਜ਼ ਅ ਰੀਜ਼ਨ ਬਿਹਾਈਂਡ ਇਟ ਕਿ ਕਿਉਂਕਿ ਘਰ ਸੇ ਬਾਹਰ ਇਤਨਾ ਰਹਤਾ ਹੂੰ ਜਬ ਘਰ ਆਤਾ ਹੂੰ ਤੋ ਘਰ ਕਾ ਖਾਣਾ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਇਟ ਮੇਕਸ ਯੂ ਫੀਲ that your home ab australia jab rehte the to khana ਖੁਦੀ ਬਣਾਤੇ ਸਿੱਖ ਲਿਆਗਾ ਆਪੇ ਤਾਂ ਬਣਾਣਾ ਹਾਂਜੀ ਹਾਂਜੀ ਉਹ ਸਸਤਾ ਪੈਂਦਾ ਨਾ ਆਰਡਰ ਉਤਾਂ ਕਰਨੀ ਸੀ ਸਕਦੇ 5-10 ਡਾਲਰ ਪਰ ਕੰਮ ਕਰਨਾ ਹੈ ਔਰ 5-10 ਡਾਲਰ ਕੀ ਮੀਲ ਲੈ ਲਈ ਤਾਂ ਫਾਇਦਾ ਕੀ ਹੋਇਆ ਸ਼ਿਫਟ ਕਰਨੇ ਦਾ ਸਾਬ ਉਹ ਆਲੂ ਗੋਭੀ ਬਣਾ ਲਈਦੀ ਸੀ ਉਹ ਸਸਤੀ ਹੁੰਦੀ ਸੀਗੀ ਤੇ ਉਹ ਮੇਰੀ ਫੇਵਰੇਟ ਸਬਜ਼ੀਆਂ ਹੁਣ ਵੀ ਆਲੂ ਗੋਭੀ ਹਮ ਪਰ ਮੈਂ ਤਰੀ ਵਾਲੀ ਬਣਾ ਦਿੰਦਾ ਸੀ ਸ਼ੁਰੂ ਸ਼ੁਰੂ ਬੈਂਗਨ ਕਹਿੰਦਾ ਤੇ ਮਸਨ ਆਪਕੋ ਪੜਥਾ ਵੀ ਆਉਂਦਾ ਮੈਨੂੰ ਸਿੰਪਲ ਸਬਜ਼ੀ ਤਾਂ ਇਹਦੇ ਨਾਲ ਬੈਂਗ ਨਾ ਨਾ ਪੜਥਾ ਵੀ ਬਣਾ ਲੈਂਦਾ ਮੈਂ ਦਾਲ ਵੀ ਬਣਾ ਮੈਂ ਰੋਟੀ ਰੱਟੀ ਤਾਂ ਮੈਨੂੰ ਆਉਂਦੀ ਹੈ ਮੈਂ ਰੋਟੀਆਂ ਲਾਹ ਵੀ ਲੈਣਾ ਮੈਂ ਸਨੈਪਚੈਟ ਤੇ ਆਟਾ ਗੁੰਨ ਕੇ ਰੋਟੀਆਂ ਲਾ ਕੇ ਸਭ ਪਉਦਾ ਹੁੰਦਾ ਹੀ ਪਹਿਲਾਂ ਜਦੋਂ स्नैपचैट बहुत स्नैपचैट ही हमारा एक सवाल है कि आजकल जब सोशल मीडिया पे लोगे, लोग बहुत एक्टिव एक्टिव रहते रहते हैं, हैं, आप लेकिन Snapchat पे बहुत कितने, रहते हैं। कितने करोड़ की हुई आपको Snapchat <laughs> <से>? <laughs> अभी नहीं हुई यार, हम सारा डाटा निकाले तो आपकी एक मुझे पता नहीं था कहां-कहां तक जा रहा है स्नैपचैट ਤੋ ਮੈਂ ਵੀ ਕਿਆ ਹੈ ਕਿ ਮੈਂ ਸੀ ਲੋਨ ਲੀ ਜਾ ਬੰਦਾ ਮੇਰੇ ਕੋਈ ਜ਼ਿਆਦਾ ਖਾਸ ਦੋਸਤਾਂ ਹੈ ਨਹੀਂ ਉਹ ਸਨੇਪਚੈਟ ਵਾਸ ਇੰਟਰੈਕਟਿਵ ਕੀ ਕੈਮਰੇ ਮੇਂ ਦੇਖ ਕੇ ਬੋਲਣਾ ਹੈ ਤੋ ਜੋ ਮੇਰੇ ਮਨ ਮੇਂ ਤਾਂ ਬੋਲਦਾ ਰਹਿਣਾ ਹੁੰਦਾ ਸੀਗਾ ਹੁਣ ਵੀ ਜਦਾਂ ਇੰਸਟਾਗ੍ਰਾਮ ਤੇ ਬ੍ਰਾਡਕਾਸਟ ਚੈਨਲ ਆ ਮੈਂ ਉੱਤੇ ਰਾਤੀ 2:30 ਵਜੇ ਆਨ ਹੋ ਜਾਣਾ ਤੇ ਰਾਤੀ 5:00 ਵਜੇ ਤੱਕ ਜਦ ਤੱਕ ਮੈਂ ਕੰਮ ਕਰਦਾ ਮੈਂ ਬੋਲਦਾ ਰਹਿਣਾ ਤਾਂ ਮੈਨੂੰ ਪਤਾ ਨਹੀਂ ਸੀ ਕਿ ਸਨੇਪਚੈਟ ਇੰਨੀ ਦੂਰ ਤੱਕ ਲੋਕਾਂ ਦਾ ਕਿਵੇਂ ਜਾ ਰਿਹਾ ਕਿਉਂਕਿ ਮੈਂ ਤਾਂ ਇੱਕ ਐਪ ਡਾਊਨਲੋਡ ਕੀਤੀ ਐਂਡ ਆਈ ਸਟਾਰਟਡ ਟਾਕਿੰਗ ਔਨ ਇਟ ਆ ਹੈਡ ਨੋ ਆਈਡੀਆ बट इवेंचुअली क्या हो गया कि पीपल स्टार्ट ग्रैबिंग दोज वीडियोज उस पर क्लिक बेट बना के वो गलत मलत वीडियोज बनने लग गई हाँ तो फिर वो चीज़ा ना सारियाँ नेगेटिव होने लग ने कि अभी आपने घर में अपने दोस्तों के साथ कोई बात की जो स्नैपचैट पर डाल दी इट वो उस मोमेंट की बात है आप वो मोमेंट को उठा के जब फेसबुक पे एक डिफरेंट क्लिक बेट टैगलाइन के साथ लिखोगे कि देखो परमीश वर्मा ने कहा क्या कहा एंड पीपल विल स्टार्ट और ये तो ऐसे बोलता है यार दैट्स अ डिफरेंट मूवमेंट घर में तो सब ऐसी बात करते हैं ना उन सारे दारू पी रहे दारू पीते हुए गल करूँगा आई रियलाइज कि वो चीज़ें कॉन्टेंट बन गई हैं और न्यूज़ वालों के पास जब न्यूज़ नहीं होती ना तो वो न्यूज बनाते हैं कि यार अभी ये सिचुएशन हो गई इस पर उस बंदे का रिस्पॉन्स तो आया नहीं तो उसको इंस्टिगेट कर दो उसके बारे में इतना गलत मलत बोल के कि बंदा जवाब दे आवे और उसने जब जवाब दे दिया फिर आपके पास न्यूज़ आ गई कभी कुछ गलत कोई करता भी है ना तो उसको कोई किसी ने बोला कि यार हमारी टीम से एक बार ऐसे हुआ था हमको तो ब्लैकमेल करते थे ना लोग कि यार ये तब तुकी गलत पाता आ चलो आप ना फिर एक वीडियो बना के हमें भेज दो चलो भाजी आप ना हमारे साथ इंटरव्यू कर दो ਅੱਛਾ ਐਸੇ ਹੋ ਹਾਂ ਫਿਰ ਮੈਂ ਕਿਹਾ ਠੀਕ ਆ ਯਾਰ ਵਿੱਚ ਕਰੀ ਚੱਲੋ ਜਿਹੜੇ ਲੋਕ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਤਾ ਮੈਂ ਕਿਹੋ ਜਿਹਾ ਹਾਂ ਫਿਰ ਮੈਂ ਇਹ ਚੀਜ਼ ਤੋਂ ਨਿਕਲ ਗਿਆ ਫਿਰ ਮੈਂ ਸਨੈਪਚੈਟਾਂ ਵੀ ਇੰਨੀਆਂ ਪਾਉਣੀਆਂ ਬੰਦ ਕਰਤੀਆਂ ਇੰਟਰਵਿਊ ਤਾਂ ਮੈਂ ਪਿਛਲੇ 5 ਸਾਲ ਚੋਂ ਕਿਤੇ ਦਿੱਤੀ ਹੋਈ ਨਹੀਂ ਉਹ ਬੜੀਆ ਪੋਡਕਾਸਟ ਇਹ ਸ਼ੁਰੂ ਹੋ ਗਿਆ ਐਟ ਲੀਸਟ ਯੂ نو ਯੂ ਗੈਟ ਦਾ ਕੰਟੈਕਸਟ ਆਫ ਵਾਟ ਦਾ ਕਨਵਰਸੇਸ਼ਨ ਇਜ਼ ਗੋਇੰਗ ਟੂ ਬੀ ਇਹ ਆਪਕੋ ਜਿਵੇਂ ਅਬ ਇਤਨੇ ਸੋਸ਼ਲ ਮੀਡੀਆ ਪਲੈਟਫਾਰਮ ਹੋ ਗਏ ਇਹ ਆਪਕੋ ਵੀ ਪ੍ਰੈਸ਼ਰ ਫੀਲ ਹੁੰਦਾ ਹੈ ਕਿ ਸਭ पे ਕੁਝ ਕੁਝ ਮੈਨੂੰ ਕਰ ਲੈਣਾ ਡਾਲ ਲੈਣਾ ਇੱਕ ਸੋਈ ਡਾਲ ਦੂ ਸੈਚਟ ਤੇ ਵੀ ਵੀਰੇ ਪਰ ਇਹ ਯੂ ਹੈਵ ਟੂ ਮੱਚ ਟੂ ਲੂਜ਼ ਨਾ ਯਾਰ ਪਹਿਲਾਂ ਤਾਂ ਫਰਕ ਹੀ ਨਹੀਂ ਸੀ ਪੈਂਦਾ ਹਾਂ ਦੋ ਬੰਦੇ ਆਉਂਦੇ ਵੀਰੇ ਕਿੰਨਾ ਕੰਮ ਸੀਗਾ ਕੋਈ ਮੰਨ ਲਓ ਗਾਣੇ ਦੀ ਵੀਡੀਓ ਕਰਨੀ ਆ ਕੋਈ ਇੱਕ ਗਾਣਾ ਕਰਨਾ ਹੁਣ ਵੀਰੇ ਨਾਲ ਪੰਜ ਚਾਰ ਬੰਦੇ ਨੇ ਜਿਨ੍ਹਾਂ ਦੀਆਂ ਤਨਖਾਹਾਂ ਨੇ ਕੰਮਕਾਰ ਆ ਹਨਾ ਤੇ ਇੱਕੇ ਵੀ ਮੈਨੂੰ ਲੱਗਦਾ ਇੱਕ ਉਮਰ ਹੈ 20 25 ਸਾਲ ਦਾ ਬੰਦਾ ਨਾ ਪਰਵਾਹ ਨਹੀਂ ਕਰਦਾ ਹੈਗਾ कुछ हो गया हो गया अ लॉट ऑफ पीपल गेट जूस आउट ऑफ कॉन्ट्रोवर्सी कि हो गया मैं फलाना कर दूंगू जवाब आफ्टर अ सर्टन पॉइंट आपको रियलाइज होता है यार मैंने अपने माँ बाप के साथ भी टाइम स्पेंड करना है मेरा तीन महीने का टूर है अभी मेरे पास फिर कोई शूट है तो मेरे पास दो महीने बचे तो मैं कितना एक्स्ट्रा वर्कलोड चक्का बिना किसी गल तो तो ठीक है यू यू कीप अ क्लीन पैलेट और मैं तो लो की हो जाना जाता मैनुता यार ठीक है तो आपको लगता है देखो देखोगिरे आपका पॉडकास्ट है आपको इससे रेवेन्यू आ रहा है आपको रेवेन्यू उस बंदे से आ रहा है ना जो आपका पॉडकास्ट देख रहा है जो बंदा आपका पॉडकास्ट नहीं देखता वो आपको लाख बुरा चंगा बोले इट डजेंट मैटर तो आई रियलाइज कि यार माई म्यूजिक माई सॉन्ग्स माई फिल्म आर बींग वॉचड बाई पीपल हु लाइक मी और जो मुझे पसंद करते हैं वो तो मेरा सारा देख ही रहे हैं ना उनको तो मेरी जर्नी पता है उनको तो ये भी पता है मैं कौन से रेस्टोरेंट में कहाँ काम करता था

ਬਹੁਤ ਚੀਜ਼ਾਂ ਅਬ ਇਹ ਆਨਲਾਈਨ ਟ੍ਰੋਲਿੰਗ ਵੀ ਤਾਂ ਬੁੱਲਿੰਗ ਹੀ ਹੈ ਹਾਂ ਬੁੱਲਿੰਗ ਹੀ ਹੈ ਵਾਈਡ ਵਾਟ ਨਾਟ ਗਿਵ ਅ ਫੱਕ ਇਹ ਠੀਕ ਹੈ ਯਾਰ ਇਹ ਕੁਝ ਤਾਂ ਮੈਂ ਦੇਖਿਆ ਹੀ ਹੈ ਮੁਝ ਕੋ ਕਿਆ ਰੇਸ ਮੈਨੂੰ ਰੇਸ ਰਿਲੇਟਡ ਬੋਲ ਦੋਗੇ ਕਿ ਤੇਰਾ ਫਲਾਣਾ ਧਰਮ ਹੈ ਜਾਂ ਤੇਰਾ ਫਲਾਣਾ ਗੋਤ ਹੈ ਜਾਂ ਤੇਰਾ ਫਲਾਣਾ ਇਹ ਹੈ ਇਸਕੇ ਬਾਰੇ ਤੋ ਉਹ ਤੋ ਮੈਂ ਪਹਿਲੀ ਕਲਾਸੇ ਸੁਣਤਾ ਆ ਰਹਾ ਹੂੰ ਮੁਝੇ ਬੋਲenge ਭਾਈ ਤੇਰੇ ਮੇ ਟੈਲੈਂਟ ਨਹੀਂ ਹੈ ਤੇਰਾ ਕੁਛ ਨਹੀਂ ਹੋਗਾ ਉਹ ਮੈਂ ਪਹਿਲੀ ਕਲਾਸੇ ਸੁਣ ਰਹਾ ਹੂੰ ਤੂੰ ਭਈ ਅੱਛਾ ਬੰਦਾ ਨਹੀਂ ਹੈ ਤੂੰ ਸਾਡੇ ਵਰਗਾ ਨਹੀਂ ਹੈ ਯਹੀ ਬੁੱਲਿੰਗ ਔਰ ਕਿਆ ਹੁੰਦੀ ਹੈ they make you feel lesser than what you are or they they either don't like you or they feel insecure, insecure. that he's got something that we don't yes either way jo bhi meri life me trauma hua hai, including up until let's say yesterday jo bhi meri life me bura hua to main manta hu ke us cheez vich to main ek bhi cheez nu no kadna nahi chahunda i embrace everything because wo nee ban gayi meri aaj ki imarat ki हो सकता है उसमें से अगर मैं दो ब्लॉक्स निकाल देता तो एडी सॉलिड सॉलिडी ना होंगी आज अगर मैं इतने बड़े फॉर एट लीस्ट मी आई हैव बिन थ्रू क्वाइट लॉट आई फील बोथ फिजिकली इमोशनली एंड आई स्टिल सर्वाइव्ड एंड आई स्टिल हैव द ज़ील टू वर्क हार्डर अगर कुछ होता है कॉन्ट्रोवर्सी होती है जो मुझे बुरी भी लगती है आई नो हाउ टू डील विद इट आई नो हाउ टू टेक दैट एनर्जी एंड यूज इट एज फ्यूल and up always come better only because i got bullied in, in school bhai ye attitude kaise matlab kuch incident jaisa hua ki aapke thoughts aise the shuru se aap aise hi were option hi nahi hai koi aapko bully karte ho aap kya karoge jaake rooge main jaake mummy nu shikayat lo mummy ne do thappad aur maarne ne mainu meri jodi grooming hui hai meri main dono ek incident dasda gali de bachche nahi hunde jo bully karde ne unna ne na gali de bahar likhta chauk naal ke parmesh ne e gali ch enter nahi karna अच्छा ऐसा है बच्चे निके बच्चे वो भी ओना दी चलो कसूर ने बच्चे ने निके निके ओना <laughs> ने ਖੇਡਣਾ ਹੋਣਾ ਮੈਨੂੰ ਨਹੀਂ ਖਿਡਾਉਣਾ ਆਈ ਡੋਨਟ ਨੋ ਆਈ ਹੈਵ ਨਥਿੰਗ ਅਗੇਂਸਟ ਥੈਮ ਲਾਈਕ ਦੇ ਆਰ ਸਟਿਲ ਮਾਈ ਫਰੈਂਡਸ ਆਈ ਸਟਿਲ ਬਚਪਨਾ ਦਾ ਬਚਪਨਾ ਸੀਗਾ ਪਰ ਉਹ ਦੇਖੋ ਉਹ ਇੱਕ ਚੀਜ਼ ਨੇ ਮੈਨੂੰ ਗਰੂਮ ਕਿਵੇਂ ਕੀਤਾ ਇਹ ਐ ਨਹੀਂ ਕਰਨਾ ਭਾਈ ਮੈਂ ਘਰੇ ਚਲਾ ਗਿਆ ਮੰਮੀ ਕਹਿੰਦੇ ਤੂੰ ਤੂੰ ਖੇਡਣ ਨਹੀਂ ਗਿਆ ਮੈਂ ਕਿਹਾ ਉਹਨਾਂ ਨੇ ਐ ਲਿਖਤਾ ਕਿ ਮੈਂ ਗਲੀ ਚ ਨਹੀਂ ਐਂਟਰ ਕਰਨਾ ਮੰਮੀ ਨੇ ਮੇਰੀ ਬਾਹ ਫੜੀ ਮੈਨੂੰ ਗਲੀ ਚ ਲੈ ਗਏ ਤੇ ਮੈਨੂੰ ਕ੍ਰਾਸ ਕਰਾਤੀ ਗਲੀ ਕਹਿੰਦੇ ਬੇਟੇ ਆ ਆ ਗਿਆ ਇਹਨੂੰ ਕੁੱਟੋ ਮੈਨੂੰ ਕਹਿੰਦੇ ਤੂੰ ਘਰੇ ਆਇਆ ਨਾ ਤੈਨੂੰ ਮੈਂ ਕੁੱਟੂੰਗੀ ਹੁਣ ਮੈਨੂੰ ਪਤਾ ਜਿੰਨਾ ਮੇਰੀ ਮੰਮੀ ਕੁੱਟੂ ਨਾ ਮੈਨੂੰ ਉਹਨਾਂ ਨਹੀਂ ਮੈਨੂੰ ਕੁੱਟਸਾਂ ਮੈਂ ਹਿੱਟ ਚੱਕ ਲਈ ਮੈਂ ਤੇਰੀ ਭਾਜੀ ਆਪਕੋ ਕਾ ਪਤਾ ਚਲਾ ਗਿਆ ਗੈਸ ਜੀਏ ਜਦੋਂ ਮੈਂ ਸਾਈਕੋਲੋਜੀ ਪੜ੍ਹਨੇ ਲੱਗ ਗਿਆ ਭੈਜੇ ਤਾਂ ਮੈਂ ਆ ਆਪਕੋ ਹੀ ਪਹਿ ਲੱਗਤਾ ਹੋਗਾ ਮੇਰੇ ਕੋ ਸਮਝ ਕਿਉਂ ਨਹੀਂ ਆ ਰਹਾ ਹੈ ਹਾਰਿਸ ਲਾ ਕੇ ਫਿਲਮ ਦੇਖੀ ਨਾ आई वाज़ ट्राइंग टू फिगर आउट किसमे गलत क्या है <laughs> कि एज़ यू दो था मैं जवानी के दिनों में पता चला आपको आई में कोई इतना पढ़ेया नहीं मैं डिप्लोमा कीता एक ते पर उदे विच साइकोलॉजी एक पार्ट सी काउंसलिंग एक पार्ट सी ते जदों मैं काउंसलिंग दे सब्जेक्ट्स पढ़े ओन्ना दीयां बुक्स पढ़ियां थोड़ा सिगमंड फ्रॉयड पढ़या और चीजें ता उदों उन्ना ने दसया के काउंसल एज़ काउंसलर दे वर ट्रेनिंग यू एज़ पीपल हु लुक आफ्टर यंग एडोलेसेंट किड्स हु नीड काउंसलिंग Mm. तो आपको बेसिक लेवल की काउंसलिंग समझा देते हैं उनसे डील करने के लिए उदो एच डी टॉपिक आया उदो मैं पढ़िया जो दो मैं पढ़ा मैं ADHD, <laughs> था दिस इज़ दैट्स आई डिड सम मोर रिसर्च और फिर आई थिंक हर बंदा ये बात बोलता है कि आपको अपनी स्ट्रेंथ्स पता होनी चाहिए well. devils, mm. कि भाई मुझे ये चीज मेरा नुकसान करेगी ये होता जैसे आपने बताया कि आपके पास कोई ऑप्शन नहीं था अब आजकल इस चीज पे बहुत लोग बात करने लगे पहले हमारे टाइम पे नहीं होती थी आ, मैं भी 92 टू बॉर्न हूं तो अच्छा खासा टाइम वैसा ही रहा है मेंटल हेल्थ पे बातें आजकल बहुत होने लगी है फॉर फॉर यार आई थिंक मोस्टली पे तो होती नहीं है मैन पे फिर अब हम लोग थोड़ा सा बड़े हुए तो हमें भी पता चला हमें भी नहीं पता था कि जब आपके साथ ये हो रहा होगा आपको भी नहीं पता होगा कि मेरी मेंटल हेल्थ असर कर रहा है तो आजकल जैसे हम बातें करते हैं तो नई जनरेशन के जो बच्चे आते हैं वो उनके बारे में ये बोला जाता है कि इसने ये सब नहीं देखा जो जैसे हम लोग बहुत टफ सिचुएशन में पड़े हम लोग पिटे बुली हुए सब हुआ इसलिए हम इतना जल्दी परेशान नहीं होते और ये लोग इतना नहीं इन्होंने देखा स्कूल लाइफ चली है इसलिए वैसे इनके साथ अगर आज कुछ छोटा सा भी होता है तो ये मेंटल हेल्थ का की वजह से परेशान हो जाते हैं या बोलते मेरे मेरी मेंटल हेल्थ ठीक नहीं है तो आपको लगता है कि ये एक रीज़न है कि हम लोग या आपने जो बचपन के साथ आपने जिस तरीके से आप बड़े हुए हाँ, उसकी वजह से आपकी मेंटल हेल्थ है और आजकल बोलते हैं है है है। है, एक उम्र होती है जो हाँ। हाँ। बंदा कहता मेंटल पीस में लबना है हाँ। आजकल सब कुछ प्लेट पे डला है हाँ। देखो वही बात जेंडर इक्वालिटी पे कर सकता है जो पहले फेमोलिज्म को समझ रहा है ਸੈਫੇ feminism ਕੇ ਬਾਰੇ ਮੈਂ ਉਹ ਬਾਤ ਕਰ ਸਕਦਾ ਹਾਂ ਜਿਸਨੇ ਬੇਸਿਕ ਰੇਸਿਜ਼ਮ ਕੋ ਸਮਝਾ ਹੂਆ ਹੈ। ਹਮ feminism ਕਾ ਜਵਾਬ racism ਸੇ ਦੇਨੇ ਲੱਗ ਜਾਂਦੇ। ਪੁਆਇੰਟ ਇਹ ਹੈ ਕਿ ਈ ਕਲੀਆਂ ਚੀਜ਼ਾਂ ਨਾ ਬਸ ਸਟੈਪ ਬਾਈ ਸਟੈਪ ਆਉਂਦੀਆਂ ਨੇ। ਫੋਰ ਐਗਜ਼ਾਮਪਲ ਹਮ ਜਿਸ ਘਰੋਂ ਮੇਂ ਪੜਲੇ ਵੜੇ ਹਾਂ, ਹਮਾਰੇ ਘਰ ਦੂਰਦਰਸ਼ਨ ਆਤਾ ਥਾ। ਬਿਲਕੁਲ। ਔਰ DD ਜਲੰਧਰ ਆਤਾ ਥਾ। ਜਿਹੜੇ ਸ਼ਹਿਰ ਦੇ ਬੰਦੇ ਨੇ ਉਹਨਾਂ ਦੇ ਘਰੇ DD2 ਆਉਂਦਾ ਸੀਗਾ ਜੋ ਦੁਕਾਨਦਾਰਾਂ ਦੇ ਬੱਚੇ ਸੀ ਜੋ ਥੋੜਾ ਪੈਸੇ ਸੀਗੇ। नहीं और जो बिजनेसमैन थे अच्छे उनके घर में तो आपके जो सपने थे ना आपकी जो दुनिया थी वो आपकी औकात के हिसाब से बाईट की हुई थी दुनिया ने तो अभी क्या है कि अब हर एक बंदे को हर एक चीज का एक्सेस है तो नॉलेज प्रॉब्लम नहीं है प्रैक्टिस प्रॉब्लम है नॉलेज तो सारा दिन इंस्टाग्राम पे हम यही देखते हैं ना कदम अश्नीर ग्रोवर कहन लग जाता है सौ करोड़ का धंधा करते हैं कदम कोई बंदा कारा बारे गल कर लग गया तो तो हर एक चीज के बारे में हाँ तो अभी नॉलेज इज प्रॉब्लम नहीं है हम ये नहीं बोल सकते कि इस बंद ने पीस की बात की इसने बिजनेस की, की, की बात की इसने गाड़ियों की बात की ये सही है ये गलत सारे सही हैं लेकिन एक टाइम है अगर आप पच्चीस साल के हो तो आपको ऑन्टरप्रनोरियल गोल ही होना चाहिए आपका कि मैं जिंदगी कुछ बनना है ਜੋ ਤੁਸੀਂ ਐਂਟਰਪ੍ਰੈਨਿਓਰial ਗੋਲ ਅਚੀਵ ਕਰ ਗਏ ਚਾਰ ਪੈਸੇ ਕਮਾ ਲਏ ਨਾ ਦੈਨ 스타ਟ ਟਾਕਿੰਗ ਅਬਾਊਟ ਕਾਰਸ ਕੀ ਯਾਰ ਅਬ ਕੁਝ ਸੈਲੀਬ੍ਰੇਟ ਕਰਤੇ ਆਂ ਆਪਣੀ ਲਾਈਫ ਕੋ ਯੂਵ ਸੈਲੀਬ੍ਰੇਟਡ ਯੋਰ ਤੋ ਯੋ ਕਾਰ ਨਾ ਦੈਨ ਕੋ ਯਾਰ ਮੈਂ 30 35 ਸਾਲ ਦਾ ਹੋ ਗਿਆ ਮੇਰੇ ਵਿਆਹ ਹੋ ਗਿਆ ਮੇਰੇ ਬੱਚਾ ਹੋ ਗਿਆ ਨਾਓ ਵੈਲ ਮੂਵ ਓਨ ਟੁਵਰਡਸ ਮਾਈਂ ਇੰਟੈਲੈਕਚੁਅਲ ਗਰੋਥ ਵੀਰੇ 20 ਸਾਲ ਦੇ ਬੰਦੇ ਨੇ ਪੀਸ ਲੈ ਕੇ ਕਿੱਧਰ ਜਾਣਾ ਵਾਈ ਡੂ ਯੂ ਨੀਡ ਪੀਸ ਆਫ ਮਾਈਂਡ ਇਫ ਯੂਅਰ ਪੇਰੈਂਟ ਜੇ ਤੁਹਾਡਾ ਪਿਓ ਕਿਸ਼ਤ ਭਰ ਰਿਹਾ ਘਰ ਦੀ ਤੁਸੀਂ ਪੀਸ ਆਫ ਮਾਈਂਡ ਜ਼ਰਵ ਹੀ ਜੇ ਤੁਸੀਂ ਗੇੜੀ ਲੋਨ ਜਾਣਾ ਹੈ ਤੇ ਤੁਹਾਨੂੰ ਪੈਸੇ ਥੋੜਾ ਪਿਓ ਦੇ ਰਿਹਾ ਯੂ ਡੋਨਟ ਡਿਸਰਵ ਪੀਸ ਆਫ ਮਾਈਂਡ ਯੂ ਡਿਸਰਵ ਪੀਸ ਆਫ ਮਾਈਂਡ ਆਫਟਰ ਯੋਰ ਪੇਰੈਂਟਸ ਹਵ ਅਚੀਵਡ ਪੀਸ ਆਫ ਮਾਈਂਡ ਤੁਹਾਡੇ ਘਰ ਦੀਆਂ ਸਾਰੀਆਂ ਕਿਸ਼ਤਾਂ ਲੈ ਗਈਆਂ ਤੁਸੀਂ ਰਿਸ਼ਤੇਦਾਰੀ ਦਾ ਦੇਣਦਾਰ ਨਹੀਂ ਹੈਗੇ ਕਿਤੇ ਤੁਹਾਡੇ ਡੈਡੀ ਨੂੰ ਇਹ ਟੈਨਸ਼ਨ ਨਹੀਂ ਕਿ ਮੈਂ ਪੇ ਆਪਣੀ ਪੈਨਸ਼ਨ ਦੇ ਨਾਲ ਰੋਟੀ ਆਪਦੀ ਘਰ ਦੀ ਕਿਵੇਂ ਖਾਣੀ ਆ ਤੁਹਾਡੇ ਪੇਰੈਂਟਸ ਨੂੰ ਇਹ ਟੈਨਸ਼ਨ ਨਹੀਂ ਕਿ ਮੇਰੇ ਦੋ ਜਵਾਕ ਹੋਰ ਨੇ ਮੈਂ ਉਹਨਾਂ ਦਾ ਧਿਆਨ ਕਿਵੇਂ ਦੇਣਾ ਉਸ ਤੋਂ ਬਾਅਦ ਤੁਸੀਂ ਡਿਜ਼ਰਵ ਕਰਦੇ ਹੋ ਪੀਸ ਆਫ ਮਾਈਂਡ ਬੋਏ ਐਂਡ ਗਰਲ ਜੇ ਇਕੱਲੀ ਇਕੱਲੀ ਕੁੜੀ ਹੋ ਉੱਤੇ ਵੀ ਸੇਮ ਰਿਸਪੌਂਸਿਬਿਲਟੀਆਂ ਨੇ ਮੁੰਡਾ ਤਾਂ ਵੀ ਰਿਸਪੌਂਸਿਬਿਲਟੀਆਂ ਨੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਮੁੰਡਿਆਂ ਦੀ ਹੀ ਜੋਰ ਹੈ ਤਾਂ ਮੈਨੂੰ ਲੱਗਦਾ ਕਿ ਅਭੀ ਕਿਆ ਹੋਇਆ ਕਿਉਂਕਿ ਨੌਲੇਜ ਇਜ਼ एवरीवेयर ਇੰਡੀਅਨ ਪੜ੍ਹਾਈ ਦਾ ਜਿਹੜਾ ਸਿਸਟਮ ਹੈ ਨਾ ਜੀ ਉਹ ਬੜਾ ਮਾੜਾ ਹੈ ਇਹ ਗੱਲਾਂ ਆਪਾਂ ਸੁਣਦੇ ਹੁੰਦੇ ਸੀ ਲੇਕਿਨ ਅਬ ਤਾਂ ਉਹ ਇਸ਼ੂ ਹੀ ਨਹੀਂ ਹੈ ਨਾ ਤਾਂ ਇਹ ਤਾਂ ਆਪ ਪੇ ਹੈ ਨਾ ਆਪ ਕੀ ਦੇਖ ਰਹੇ ਹੋ ਇਹ ਵੀਡੀਓ ਕੋ ਫਲਾਣੇ ਬੰਦੇ ਕੋ ਪੁੱਛਾ ਇਹ ਸਵਾਲ ਦੇਖੋ ਉਸਨੇ ਕੀ ਦਿਆ ਜਵਾਬ ਆਪ ਉਹ ਦੇਖ ਰਹੇ ਹੋ ਕੀ ਸਾਈਕੋਲੋਜੀ ਕੋ ਕੇ ਲੈਕਚਰ ਦੇਖ ਰਹੇ ਹੋ ਜਾਂ ਕੋਈ किसी भी बंदे का हर एक सी ई हर एक इंजीनियर सब कुछ को भी फॉलो करना है तो हम फॉलो करने लग जाते हैं उसकी उसकी जर्नी उसका माइंड सेट ओले दुआले दुनिया नहीं आप देख रहे मैंने लगता यस वी है लेकिन भाई वो बेस्ट था हमारे घर वालों का जे मेरे प्यो ने ਆਪਣੀ ਤਨਖਾਹ ਦਾ 80% ਖਰਚ ਕੇ ਮੈਨੂੰ ਵਧੀਆ ਸਕੂਲ 'ਚ ਪੜਾਇਆ ਮੈਂ ਇਹ ਨਹੀਂ ਕਹਿ ਸਕਦਾ ਮੇਰੀ ਜੀ ਲਾਈਫ ਬਹੁਤ ਮਾੜੀ ਸੀ ਮੇਰਾ ਪਿਓ ਕਹਿੰਦਾ ਮੇਰੀ ਉਦੋਂ ਵੀ ਮਾੜੀ ਸੀ ਆਈ ਕੈਨ ਨਾਟ ਗੋ ਬੈਕ ਐਂਡ ਸੇ ਯਾਰ ਮੈਨੂੰ ਨਾ ਇਹ ਟਰਾਮਾ ਹੋ ਗਿਆ ਬਚਪਨ ਮੇ ਮੈਨੂੰ ਨਾ ਇਹ ਮੇਰੇ ਸਕੂਲ ਮੇ ਬੁਲੀ ਹੋ ਗਏ ਠੀਕ ਹੈ ਹੁਣ ਮੇਰੇ ਪਿਓ ਨੇ ਮੈਨੂੰ ਇੱਕ ਵਧੀਆ ਸਕੂਲ ਚ ਭੇਜਿਆ ਆਪ ਦਾ 100% ਆਪ ਦੀ ਤਨਖਾਹ ਦਾ 80% ਚੰਕ ਸਪੈਂਡ ਕਰਕੇ ਉੱਥੇ ਬਹੁਤ ਬੰਦੇ ਸੀਗੇ ਜੋ ਬਹੁਤ ਤਗੜੇ ਕਰਵਾਏ ਸੀ ਜਿਨ੍ਹਾਂ ਕੋਲੇ ਮੇਰੇ ਪਿਓ ਤੋਂ ਵੱਧ ਪੈਸੇ ਸੀਗੇ ਜਿਨ੍ਹਾਂ ਦੇ ਘਰ ਦੇ ਕੋਲੇ ਉਹਨਾਂ ਨੂੰ ਮੈਂ ਲੱਗਿਆ ਮੈਂ ਛੋਟਾ ਠੀਕ ਹੈ ਲੇਕਿਨ ਅਗਰ ਮੇਰੇ ਫਾਦਰ ਮੁਝੇ ਨਾਰਮਲ ਸਕੂਲ ਮੇਂ ਡਾਲ ਦਿੱਤੇ ਔਰ ਮੈਂ ਉਹ ਬੁਲੀ ਨਹੀਂ ਦੇਖਤਾ ਤੋ ਕਿਆ ਜ਼ਿੰਦਗੀ ਮੇਂ ਮੁਝੇ ਉਹ ਫਰਕ ਫਰਕ ਨਹੀਂ ਦਿਖਤਾ ਦਿਖਤਾ ਨਾ ਤੋ ਵਧੀਆ ਮੈਂ ਸਕੂਲ ਚ ਹੀ ਦੇਖ ਲਿਆ ਮੈਨੂੰ ਅੱਜ ਫਰਕ ਪੈਂਦਾ ਨਹੀਂ ਅੱਜ ਸ਼ਾਇਦ ਮੈਂ ਉਹ ਬੰਦਿਆਂ ਦੇ ਬਰਾਬਰ ਖੜਾ ਅੱਜ ਮੈਂ ਸ਼ਾਇਦ ਉਹ ਬੰਦੇ ਨੂੰ ਇਹ ਕਹਿ ਸਕਦਾ ਕਿ ਚਲ ਠੀਕ ਹੈ ਤੂੰ ਮੇਰੇ ਤੋਂ ਅੱਗੋਂ ਸ਼ੁਰੂ ਕੀਤਾ ਸੀ ਮੈਂ ਤੇਰੇ ਤੋਂ ਪਿੱਛੇ ਸ਼ੁਰੂ ਕੀਤਾ ਸੀ ਅੱਜ ਦੱਸ ਕਿੱਥੇ ਆ खड़े हैं hmm. hmm. है है है, है, है। कि नहीं बराबर ਤੇ ਅੱਗੇ ਦੇਖੀ ਮੈਂ ਕਿੱਥੇ ਹਾਂ ਤੂੰ ਕਿੱਥੇ ਹਾਂ ਉਹ ਚੀਜ਼ ਤਾਂ ਹੀ ਆ ਗਈ ਨਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਬਾਈ ਇਹ ਦੁਨੀਆ ਫੇਰ ਨਹੀਂ ਹੈਗੀ ਔਰ ਅੱਜ ਵੀ ਬਹੁਤ ਲੋਕ ਹੈ ਜੋ ਮੇਰੇ ਤੋਂ ਬਹੁਤ ਸਕਸੈਸਫੁਲ ਹੈ ਮੇਰੇ ਤੋਂ ਬਹੁਤ ਅਮੀਰ ਹੈ ਉਹ ਅੱਜ ਵੀ ਮuje ਨੀਚਾ ਦਿਖਾ ਸਕਤੇ ਹਨ ਤੋਂ ਇਹ ਚੀਜ਼ ਕੋ ਹਮ ਸਿਰਫ ਬੱਚੇ ਕੋ ਇੱਕ এনवायरमेंट ਸੇ ਨਿਕਾਲ ਦੇ ਇਹ ਸੋਚ ਕੇ ਕਿ ਇਹ এনवायरमेंट ਟਾਕਸਿਕ ਹੈ ਉਸ ਸੇ ਦੁਨੀਆ ਕੀ ਜੋ ਟਾਕਸਿਕ એનર્ਜੀ ਉਹ ਖਤਮ ਨਹੀਂ ਹੋਗੀ ਵੀ ਨੀਡ ਟੂ ਸਪੋਰਟ ਆ ਚਾਈਲਡ ਇਨ ਐਵਰੀ ਵੇ अगर मेरे मदर ने कहा तो बुली होगा मार खा के आएगा घर से मैं मार मैं मारूंगी वो एक सिचुएशन में ऐसे मुझे ग्रूम किया और मेरे जब मैं स्कूल में मान लो फेल हो गया तो मेरे फादर ने मेरी टीचर को कहा कि कोई गल नहीं मैडम मेरा मुंडा बहुत क्रिएटिव है जी ये कुछ जिंदगी कर जूगा उन्होंने मैं इमोशनली भी ग्रूम किया तो एज पेरेंट्स एज लेट्स से सिबलिंगस हमारी जॉब है कि उन्होंने ना उन्होंने सपोर्ट करो कि लेट दैम बी इन अ वनरेबल स्टेट मेरा छोटा भाई उसने गाने करने थे और वो मेरे मेरा जो कंपनी है ही ओन्स दैट कंपनी विद मी ही इज माई पार्टनर तो एवरी थिंग दैट आई हैव एवरी थिंग दैट आई हैव ही ओन्स इट विद मी लेकिन उस वो जब गाना करता है वो गाने में मेरी कोई हेल्प नहीं लेता वो बाहर जाता है डायरेक्टर्स नु आपे आप मिलता है म्यूजिक प्रोड्यूसर्स आपे आप मिलता है ही पेज दैम ही डज ए सॉन्ग उसका कोई गाना पाँच लाख व्यूज़ पे है कोई आठ लाख पे है कोई मिलियन पे है उसकी कोई फेक व्यूज़ नहीं डालेगा कोई ऐड नहीं डालेगा बोलेगा भाजी let let me do this on my own people know me that i am your brother that's great but i want them to like my music once they start liking my music then i'll be successful to menu hmm. lagda hai har ik bande nu bhave thoda bachcha bhave thoda bhra bhain let them be in a vulnerable state let them fail agar kyunki success ta tonu khali kar dindi hai na ta tonu menu lagda hai hostel j environment zaruri hunda but obviously in today's day and age ਤੁਸੀਂ ਚਾਰ ਪੈਸੇ ਕਮਾ ਲੇ ਤੁਸੀਂ ਚਾਹੋਗੇ ਕਿ ਤੁਹਾਡਾ ਬੱਚਾ ਯਾਰ ਸੇਮ ਚੀਜ਼ ਤੋਂ ਨਾ ਗੁਜ਼ਰੇ ਹਾਂ ਇਹ ਤਾਂ ਤਾਂ ਉਹ ਥੋੜਾ ਮਾਈਂਡ ਉਪਰ ਮੈਟਰ ਹੈ ਪਰ ਮੈਨੂੰ ਇਹ ਲੱਗਦਾ ਕਿ ਜ਼ਰੂਰੀ ਜ਼ਰੂਰ ਹੈ ਕਿ ਖੱਜਲ ਖੁਆਰੀ ਬਹੁਤ ਜ਼ਰੂਰੀ ਹੈ ਵੀਰੇ ਪੱਥਰ ਟੁੱਟਦਾ ਨਾ ਉਹ ਸਾਲਾ ਟ੍ਰੈਂਗੂਲਰ ਹੁੰਦਾ ਉਹ ਨੀਚੇ ਤੱਕ ਆਉਂਦਾ ਗੋਲ ਹੋ ਜਾਂਦਾ ਵੱਜ ਵੱਜ ਕੇ ਵੱਜ ਵੱਜ ਕੇ ਵੱਜ ਵੱਜ ਕੇ ਇਹਦਾ ਉਹ ਜ਼ਰੂਰੀ ਹੁੰਦਾ ਵੀਰੇ ਚੰਗਾ ਮਾੜਾ ਭਾਜੀ ਆਪ ਥੀਏਟਰ ਕਰਦੇ ਤੇ

कुछ और हो गया हाँ जैसे एक बार हम थिएटर करते थे हम लोग पंजाबी थिएटर आर्टिस्ट एक रवि अच्छा जी तो पंजाब में करते हैं इधर भी तो वो थोड़े ऐसे हैं थोड़े <laughs> से ना तो स्टेज पे हम लोग थे एक बार जैसे प्ले चल रहा था तो एक फॉर्मेशन थी यूँ चार लड़के बैठे थे वो सर भी उसमें एक्ट कर रहे थे कुछ

क्रांतिकारी प्ले यू नो ऑल थिएटर काइंड का जो आए सी की वो भगत सिंह कन्विंस कर रहा है कि मैं असेंबली में बम फोड़ूंगा और दो डायलॉग्स हैं उस प्ले में छोटा सा प्ले है कि भगत सिंह कन्विंस कर रहा है और जो सीनियर है वो बोल रहा है कि नहीं ऐसे नहीं और वो बोल रहा है अंग्रेज के कान में शीसा भरा है तो उस सीन में हमारा तो एक एक डायलॉग है और मैं भी खड़ा हूँ स्टेज पे मैं राजगुरु तो मुझे इतना पता था राजगुरु थोड़ा मस्करी वाला करेक्टर था उसका तो उनकी डालकबाजी चल रही है पूरी और मेरे मुझ पर कोई देख ही नहीं रहा क्योंकि लाइट वहां पे है तो मैं ऐसे पीछे गया चल दे <laughs> गैस करो मैं की पानी <laughs> 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 ਬਾਬਸਾ ਕੇ ਖਾੜੇ ਉਹ ਕੱਟ ਹੋਇਆ ਉਹਨੇ ਆ ਕੇ ਮੇਰੇ ਥੱਪੜ ਮਾਰਿਆ ਕਹਿੰਦਾ ਸਾਲਿਆ ਤੂੰ ਕਿੱਧਰ ਚਲਾ ਗਿਆ ਸੀ ਮੈਂ ਯਾਰ ਮੈਂ ਇੰਪਰੋਵਾਈਜ਼ ਕਰ ਰਿਹਾ ਸੀ ਤਾਂ ਮੈਨੂੰ ਡਾਇਲਗ ਨਹੀਂ ਸੀ ਮਿਲਦੇ ਹੁੰਦੇ ਆਪ ਆਸਟ੍ਰੇਲੀਆ ਚੱਲ ਗਏ ਥੇ 10 ਸਾਲ ਕੀ ਬਾਅਦ ਮੈਂ ਤਾਂ ਫਸਟ ਟਾਈਮ ਫੋਰਨ ਗਏ ਥੇ ਯੇ ਉਸ ਤੋਂ ਪਹਿਲਾਂ ਜਾ ਚੁਕੇ ਥੇ ਉਦੋਂ ਪਹਿਲਾਂ ਗਿਆ ਸੀ ਬਹੁਤ ਛੋਟੇ ਹੁੰਦੇ ਇੱਕ ਵਾਰੀ ਮੇਰੇ ਡੈਡ ਥੀਏਟਰ ਗਰੁੱਪ ਲੈ ਕੇ ਗਏ ਸੀ ਹਾਂ ਉਦੋਂ ਮੈਂ ਗਿਆ ਸੀ ਛੋਟੇ ਹੁੰਦੇ ਪਰ ਮਤਲਬ ਕੌਨਸ਼ੀਅਸ ਏਜ ਵਿੱਚ ਪਹਿਲੀ ਵਾਰੀ ਅਕੇਲੇ ਗਏ ਥੇ ਆਪ ਹਾਂਜੀ ਜੈਸੇ ਮੈਨੂੰ ਯਾਦ ਹੈ जब मैं मैं मेरेट से हूँ ठीक है जब मैं पहली बार दिल्ली आया था ना तो इसके इसलिए ऊपर चढ़ा था राजीव चौक पे ऐसे करके और मुझे लगा मैं पेरिस आ गया हूँ <laughs> अलग दुनिया है एकदम खूबसूरत वो तो दिल्ली था है आप जब ऑस्ट्रेलिया गए पहली बार तो कैसा आपको एक्सपीरियंस था क्योंकि वहां के रूल्स अलग है रेगुलेशन अलग है मैं भी नहीं मैं मतलब सिटीजन कहते हैं ना सिटीजन तो मैं नागरिक पहली बार मुझे लगता है कि ऑस्ट्रेलिया ने मुझे एक सिटीजन बनना सिखाया क्योंकि मैं जो उठे गया आई ऑल बाय 1-2 ਸਾਲ ਬਾਅਦ ਟੈਕਸਿਸ ਭਰਨੇ ਸੀਗੇ ਤਾਂ ਟੈਕਸੇ ਸਮਝੇ ਅੱਛਾ ਰੈਂ ਟੈਕਸ ਕੱਟ ਜਾਂਦਾ ਇਹਦਾ ਐਵੇਂ ਟੈਕਸ ਇੰਨਾ ਭਰਨਾ ਹੁੰਦਾ ਇਹ ਟੈਕਸ ਬ੍ਰੈਕਟ ਹੁੰਦਾ ਟਾਈਮ ਤੇ ਜਾਣਾ ਟਾਈਮ ਤੇ ਆਉਣਾ ਤਾਂ ਤੁਸੀਂ ਦੇਖੋ 19 ਸਾਲ ਦੇ ਉਹ ਐਕਸਪੀਰੀਐਂਸਸ ਨੇ ਮੈਨੂੰ ਇੱਕ ਮਰਦ ਬਣਾਤਾ ਮਰਦੇ ਥੋੜੀ ਹੁੰਦਾ ਕਿ ਮੇਰਾ 18 ਇੰਚ ਦਾ ਡੌਲਾ ਤੇ ਮੇਰੀ ਮੋਛਾ ਵੱਡੀ ਤੇ ਮੇਰੇ ਕੋਲ ਵਧੀਆ ਗੱਡੀ ਆ ਇਹ ਥੋੜੀ ਪਰਵਾਸਾ ਮਰਦਾਨਗੀ ਤੇ ਰਿਸਪੌਂਸਿਬਿਲਟੀ ਹੈ ਨਾ 15-15 ਸਾਲ ਦੇ ਮੁੰਡੇ ਜਿਹੜੇ ਝੋਪੜ ਪੱਟੀਆਂ ਚ ਰਹਿੰਦੇ ਨੇ ਜੌਬ ਕਰਦੇ ਨੇ ਉਹ ਮੇਰੇ ਖਿਆਲ ਨਾਲ 25 ਸਾਲ ਦੇ ਬੰਦੇ ਨਾਲੋਂ ਵੱਡੇ ਮਰਦ ਨੇ ਤਾਂ ਉਹ ਜਿਹੜੀ ਸੈਂਸ ਆਫ ਰਿਸਪੌਂਸਿਬਿਲਟੀ ਮੇਰੀ ਉਸ ਏਜ ਵਿੱਚ ਆ ਗਈ ਨਾ ਤਾਂ ਉਹ ਦੈਟ ਵਾਸ ਤभी ਤੋਂ ਜਦ ਮੈਂ ਇਹ ਇਸ ਫੀਲਡ ਮੈਂ ਆਇਆ 뮤직 ਫਿਲਮਸ ਇਹ ਕੀ ਸਟਰਗਲ ਹੈ ਮੈਂ ਇੱਕ ਸਟਾਰ ਨਹੀਂ ਇਹ ਸਟਰਗਲ ਥੋੜੀ ਆ ਹੂੰ ਮੈਂ ਇੱਕ ਸਟਾਰ ਨਹੀਂ ਹੈਗਾ ਮੇਰੇ ਗਾਣੇ ਹਿੱਟ ਨਹੀਂ ਹੈਗੇ that is not struggle ਮੂਜੇ ਗਾਣੇ ਆਤੇ ਹੈ ਜਾਂ ਮੂਜੇ ਫਿਲਮ ਜਾਂ ਮੈਂ ਐਕਟਰ ਹੂੰ ਔਰ ਮੈਂ ਇੱਕ ਫਿਲਮ ਮੈਂਨੇ ਐਕਟ ਨਹੀਂ ਕੀਆ ਉਹ ਤੋ ਜਰਨੀ ਹੈ ਮੇਰੀ ਜਰਨੀ ਹਾਂ ਐਕਟਰ ਮੈਂ ਹਾਂ ਰੋਟੀ ਮੇਰੇ ਕੋਲੇ ਆ ਘਰੇ ਮੈਂ ਆਪਣੇ ਰਹਿਣਾ ਲੋਕਾਂ ਨੂੰ ਲੱਗਦਾ ਉਹ ਸਟਰਗਲ ਆ ਯਾਰ ਮੈਂ ਬੜੀ ਸਟਰਗਲ ਕੀਤੀ 10 ਸਾਲ ਬਾਅਦ ਮੈਨੂੰ ਰੋਲ ਮਿਲਿਆ ਤੇ ਠੀਕ ਹੈ ਮੈਨੂੰ ਅੱਜ ਵੀ ਨਹੀਂ ਮੇਰੀ ਮਰਜ਼ੀ ਦੇ ਰੋਲ ਮਿਲੇ ਹੂੰ ਮੈਂ ਵੀ ਤਾਂ ਇੰਡੀ ਐਕਟਰੀ ਬਣਨ ਆਇਆ ਸੀ ਮੈਂ ਐਕਟਰ ਛੱਡ ਕੇ ਸਭ ਕੁਝ ਬਣ ਗਿਆ ਉਹ ਜਰਨੀ ਹੈ ਮੈਨੂੰ ਲੱਗਦਾ ਸਟਰਗਲ ਹੀ ਹੁੰਦੀ ਹੈ ਜਦੋਂ ਤੁਹਾਡੇ ਕੋਲ ਰਹਿਣ ਨੂੰ ਥਾਂ ਨਹੀਂ ਖਾਣ ਨੂੰ ਰੋਟੀ ਨਹੀਂ ਸਿਰ ਤੇ ਜ਼ਿੰਮੇਵਾਰੀ ਹੈ ਘਰੇ ਤੁਸੀਂ ਫੋਨ ਨਹੀਂ ਕਰ ਸਕਦੇ ਘਰ ਦੇ ਤਾਂ ਕਿਡਨੀ ਵੇਚ ਕੇ ਵੀ ਤੁਹਾਨੂੰ ਪੈਸੇ ਭੇਜ ਦੇਣਗੇ ਸੋ ਮੈਂ ਲਾਂਦਾ that experienced groomed me as a man 5 ਸਾਲ ਆਪ ਕੋਸ਼ੇ ਦੇ ਰਹੇ ਹੋ ਤਾਂ ਕੋਈ ਆਸਟ੍ਰੇਲੀਅਨ ਗਰਲਫ੍ਰੈਂਡ ਨਹੀਂ ਬਣਾਈ ਆਪ ਪੰਜ ਨੀਵੇਂ ਬਹੁਤ 8-10 ਸਾਲ ਰਹਿਣਾ ਆਸਟ੍ਰੇਲੀਆ ਤੋਂ ਗਰਲਫ੍ਰੈਂਡ ਨੂੰ ਰੋਟੀ ਖਵਾਣੀ ਕੌਫੀਆਂ ਤੇ ਲੈ ਕੇ ਜਾਣਾ ਅਸੀਂ ਲੇਬਰ ਕਰਦੇ ਸੀਗੇ ਅਸੀਂ ਗਰਲਫ੍ਰੈਂਡ ਅਫੋਰਡ ਨਹੀਂ ਅਸੀਂ ਲੌਂਗ ਡਿਸਟੈਂਸ ਰਿਲੇਸ਼ਨ ਅਫੋਰਡ ਕਰਦੇ ਸੀ ਈਮੇਲ ਵਾਲਾ ਅੱਛਾ ਉਹ ਵੀ ਹਰ ਵੈਨਸਡੇ ਥਰਸਡੇ ਜਦੋਂ ਇੰਟਰਨੈਟ ਐਕਸੈਸ ਮਿਲਦਾ ਸੀ ਨਾ ਯੂਨੀਵਰਸਿਟੀ ਤੋਂ ਉਹ ਕਿਹੜਾ ਵਟਸਐਪ ਤੇ ਫੇਸਟਾਈਮ ਹੁੰਦੇ ਸੀ ਤਾਂ ਉਹ ਲੌਂਗ ਡਿਸਟੈਂਸ ਵਾਲੀ ਜਿਹੜੀ ਆਸ਼ਕੀ ਸੀ ਨਾ ਉਹ ਬੜੀ ਵਧੀਆ ਹੁੰਦੀ ਸੀ ਤੁਸੀਂ ਈਮੇਲ ਕੀਤੀ ਈਮੇਲ ਵਿੱਚ ਆਪਣੇ ਜਜ਼ਬਾਤ ਲਿਖੇ ਦੋ ਗਾਣੇ ਨਾਲ ਅਪਲੋਡ ਕੀਤੇ ਲਖਵਿੰਦਰ ਵਡਾਲੀ ਦੇ ਕਿਹੜਾ ਗ ਤਨੂ ਬਹੁਤ ਮਿਸ ਕਰ ਰਹਾ ਹੈ ਭਾਜੀ ਇਹ ਜਦ ਆਪਨੇ ਘਰ ਵਾਲੋ ਕੋ ਬਤਾਇਆ ਕਿ ਆਪਕੋ ਆਸਟ੍ਰੇਲੀਆ ਜਾਣਾ ਹੈ ਜੇ ਘਰ ਵਾਲੋ ਨੇ ਬਲਗੇ ਚਲੇ ਜਾ ਕੋਲਿਜ ਪੜਦਾ ਹੁੰਦਾ ਸੀਗਾ ਮੇਰਾ ਸੈਕੰਡ ਸੈਮੈਸਟਰ ਸੀਗਾ ਪਹਿਲੇ ਸੈਮੈਸਟਰ ਦੇ ਪੇਪਰ ਹੋ ਗਏ ਸੀ ਸੈਕੰਡ ਵਿੱਚ ਮੈਂ ਜਾਣਾ ਸੀ ਜਦੋਂ ਮੈਨੂੰ ਮੈਂ ਫਿਗਰ ਆਊਟ ਕਰ ਲਿਆ ਕਿ ਯਾਰ ਮੈਂ ਖੁਸ਼ ਨਹੀਂ ਰਹੂੰਗਾ ਇੱਥੇ ਐਂਡ ਆਈ ਆਈ ਫੀਲ ਹਮ ਬlesed ਕਿ ਮੇਰੇ ਮੇਰੇ ਫਾਦਰ ਕੇ ਸਾਥ ਨਾਲ ਬੜਾ ਓਪਨ ਡਾਇਲੋਗ ਆ ਨੋਰਮਲ ਗੱਲਬਾਤ ਕਰ ਲੈਣਾ ਦੋਸਤਾਂ ਵਾਂਗੂ ਕਰ ਲੈਣਾ ਐਂਡ ਆਮ ਬlesd ਕਿ ਆਈ ਹੈਵ that ਰਿਲੇਸ਼ਨਸ਼ਿਪ ਵਿਦ ਮਾਈ ਫਾਦਰ ਆਈ ਵਾਂਟ ਮਾਈ ਕਿਡਸ ਟੂ ਹੈਵ ਦ ਸੇਮ ਰਿਲੇਸ਼ਨਸ਼ਿਪ ਵਿਦ ਮੀ ਮੈਂ ਕਰਦਾਂ ਨੂੰ ਕਦੇ ਝੂਠ ਨਹੀਂ ਬੋਲਦਾ ਮਤਲਬ ਕਈ ਗੱਲਾਂ ਨਹੀਂ ਵੀ ਦੱਸਦੇ ਪਰ ਮਤਲਬ ਜੋ ਮੇਰੇ ਦਿਲ ਚ ਹੁੰਦਾ ਮੈਂ ਗੱਲ ਕਰ ਲੈਣਾ ਤੇ ਮੈਂ ਡੈਡ ਨੂੰ ਕਿਹਾ ਕਿ ਨਹੀਂ ਮੈਂ ਖੁਸ਼ ਨਹੀਂ ਮੈਂ ਬਾਹਰ ਜਾਣਾ ਚਾਹੁੰਦਾ ਬਾਹਰ ਮੈਂ ਤਾਂ ਜਾਣਾ ਚਾਹੁੰਦਾ ਸੀ ਮੈਨੂੰ ਸੀ ਯਾਰ ਕਿ ਪੜਿਆ ਮੈਂ ਇਨਾ ਹੈ ਨਹੀਂ ਡਿਗਰੀ ਮੇਰੀ ਠੀਕ ਠਾਕ ਜੀ ਨਿਕਲ ਜੂਗੀ ਜੌਬ ਮੈਨੂੰ ਇੱਥੇ ਮਿਲਣੀ ਨਹੀਂ ਤੇ ਇਟਸ ਨਾਟ ਗੋਇੰ ਟੂ ਵਰਕ ਆਊਟ ਫॉर ਮੀ ਤਾਂ ਐਕਟਰ ਬੰਨੇ ਦਾ ਪਲਾਨ ਛੋੜ ਦਿੱਤਾ ਆਪਨੇ ਹਾਂ ਬਿਲਕੁਲ ਥਾ ਲੇਕਿਨ ਐਕਟਰ ਬੰਨੇ ਦੀ ਸਟਰਗਲ ਕੇ ਲਈ ਭਾਈ ਪੈਸਾ ਚਾਹੀਏ ਹੂੰ ਘਰ ਵਾਲੋ ਦਿੱਲੀ ਬੰਬੇ ਭੇਜੇਗੇ ਆਪਕੋ ਕਿਰਾਇਆ ਭਾੜਾ ਕੁਛ ਤੋ ਚਾਹੀਏ ਗੱਡੀ ਗੁੱਡੀ ਚਾਹੀਦੀ ਆ ਉਹ ਹੁਣ ਇੰਨੇ ਪੈਸੇ ਮੈਂ ਕਰਦਾ ਤੋ ਕਿਹੜੇ ਮੂੰਹ ਨਾਲ ਮੰਗਦਾ ਉਹ ਪਤਾ ਹੀ ਆ ਨਾ ਜਦੋਂ ਘਰ ਅਸੀਂ ਨਵਾਂ ਨਵਾਂ ਲਿਆ ਸੀ ਉਦੋਂ ਤਾਂ ਮੈਨੂੰ ਪਤਾ ਸੀ ਕਿ ਉਹ ਵੀ ਹੈ ਨਹੀਂ ਸਿਸਟਮ ਔਰ ਵਾਪਸ ਆਨੇ ਕੇ ਲਈ ਵੀ ਮੈਨੂੰ ਮੇਰੇ ਫਾਦਰ ਨਹੀਂ ਕਹਾ ਜਦ ਮੈਂ ਤੋਂ ਵਾ ਵਸ ਗਿਆ ਤਾਂ ਪੀਆਰ ਹੋ ਗਈ ਸੀ ਮੈਂ ਰਹਿਣ ਲੱਗ ਗਿਆ ਸੀ ਆਸਟ੍ਰੇਲੀਆ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਇੰਡੀਆ ਆ ਤੂੰ ਐਕਟਰ ਬਣਨਾ ਸੀ ਸੋ ਹੀ ਆਲਸੋ ਨਿਊ ਜੈਸੇ ਮੁਝੇ ਆਪਣੇ ਫਾਦਰ ਕੀ ਸਿਚੁਏਸ਼ਨ ਬਤਾਤੀ ਮੇਰੇ ਫਾਦਰ ਕੋ ਮੇਰੀ ਸਿਚੁਏਸ਼ਨ ਬਤਾਦੀ ਥੈਟਸ ਵਾਈਮ ਸੇਇੰਗ ਥੈਟਸ ਅ ਵੈਰੀ ਬਿਊਟੀਫੁਲ ਰਿਲੇਸ਼ਨਸ਼ਿਪ ਥੈਟ ਆ ਹੈ ਵਿਦ ਮਾ ਡੈਡ ਫਿਰ ਮੈਂ ਉਹਨੇ ਬੋਲਾ ਮੈਂ ਬਾਹਰ ਜਾਣਾ ਤੇ ਫਿਰ ਮੈਂ ਆਸਟ੍ਰੇਲੀਆ ਤਾਂ ਉਦੋ ਗਿਆ ਸੀ ਉਹਨਾਂ ਨੇ ਮਨਾ ਤਾਂ ਨਹੀਂ ਕੀਤਾ ਬਟ ਆਬਵੀਅਸਲੀ ਜਦੋਂ ਬਾਹਰ ਜਾਂਦਾ ਇੱਕ 17 18 ਸਾਲ ਦਾ ਬੱਚਾ ਘਰ ਦੇ ਨਾਲ ਦਿਲ ਤਾਂ ਦੁਖਦਾ ਹੀ ਆ ਬਾਜੀ

आप फिर डायरेक्टर बने गले का कैसे पता चला कि मेरा तो गला अच्छा है मैं तो गाऊंगा मैं तो गा कैसे तो पता, पता चला गया गला अच्छा मेरा <laughs> देखो हम गाने सुनते हैं है, हमें मजा आ रहा है तो अच्छा मेरे पता ही है, 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 है मतलब... किया? मैं असल में वीडियोस करता हूंदा सी ता पहले शुरू वीडियो से हुआ उसके बाद जैसे कंटेंट सिलेक्शन करने लग मैं कुछ आर्टिस्ट्स की तो लिरिक्स ਔਰ 뮤직 ਦੀ ਸਮਝ थी क्योंकि एडिट करनी होती थी ना वीडियो अगर कोई एडिटर्स होंगे उनको समझ हो, वो रेफरेंस म्यूजिक लगा के एडिट करते हैं तो जैसे मैं गाना कोई ਮੈਨੂੰ ਮਿਲਦਾ ਹੁੰਦਾ ਸੀ ਤਾਂ ਮੈਂ ਦੀ ਕਿੱਕ ਸਨੇਰ ਸਾਰੀਆਂ ਚੀਜ਼ਾਂ ਸੁਣਦਾ ਸੀ ਯਾਰ ਇਸ ਗੱਲ ਤੇ ਮੈਂ ਰਿਐਕਸ਼ਨ ਕੱਟ ਸਕਦਾ ਇਸ ਗੱਲ ਤੇ ਮੈਂ ਵੋਕ ਲੈ ਸਕਦਾ ਜਦੋਂ ਐਡੀਟਿੰਗ ਦੀ ਸਮਝ ਆਈ ਫਿਰ ਕਈ ਵਾਰੀ ਮੈਂ ਸਟੋਰੀ ਅੱਡ ਬਣਾ ਲੈਣੀ ਤੇ ਉਹਦੀ ਕਿੱਕ ਦਾ ਪੈਟਰਨ ਮੈਨੂੰ ਨਹੀਂ ਸਹੀ ਲੱਗਦਾ ਸੀ ਤਾਂ ਮੈਂ 뮤직 ਪ੍ਰੋਡਿਊਸਰ ਨੂੰ ਕਹਿਣਾ ਯਾਰ ਕਿ ਥੋੜੀ ਐ ਕਰ ਸਕਦੇ ਆ ਕਿਉਂਕਿ ਫਿਰ ਇਸ ਪੁਆਇੰਟ ਦੇ ਉੱਤੇ ਜਾ ਕੇ ਜਦੋਂ ਇਹ ਕਿੱਕ ਦਾ ਆਊਗਾ ਜਾਂ ਇਹ ਡਰਮ ਵੱਜੂਗਾ ਤੋਂ ਮੈਂ ਫਲਾਣਾ ਰੀਐਕਸ਼ਨ ਆਰਟਿਸਟ ਦਾ ਪਾ ਦੂੰਗਾ ਤਾਂ ਮੈਨੂੰ 뮤ਜ਼ਿਕ ਦੀ ਸਮਝ ਆਉਣ ਲੱਗ ਗਈ ਔਰ ਮੈਨੂੰ ਵੈਸੀ ਗਾਉਣ ਦਾ ਥੋੜਾ ਸ਼ੌਂਕ ਸੀ ਮੈਂ ਉਹ ਹੀ ਦੇਸੀ ਗੁਰਵਾਲ ਨੂੰ ਕਿਹਾ ਯਾਰ ਮੇਰਾ ਗਾਣਾ ਕਰ ਦੋ ਯਾਰ ਇੱਕ ਵੈਸੀ ਗਾਣਾ ਕਰਨਾ ਮੈਂ ਆਲੇ ਚੱਕ ਮੈਂ ਆ ਗਿਆ ਕੀਤਾ ਗਾਣਾ ਸਕਸੈਸਫੁਲ ਹੋ ਗਿਆ ਬਹੁਤ देन ਇਟ ਵਰਕਡ ਉਸਕੇ ਬਾਅਦ ਮੈਂ ਮੂਵੀਜ਼ ਕਰਨੇ ਲੱਗਾ ਐਂਡ THEN ਉਹ ਗਾਣੇ ਤੋਂ ਕਿ ਇੱਕ ਦੋ ਕੀਤੇ ਸਕਸੈਸਫੁਲ ਹੋ ਗਏ ਪੀਪਲ ਸਟਾਰਟਡ ਲਾਈਕਿੰਗ ਇਟ ਐਂਡ THEN ਆਈ ਲਵ ਦ ਦ ਵੇ ਥੈਟ ਮਾਈ ਸ਼ੋਜ਼ ਵਰਕ ਮੈਂ ਹਰ ਥੋੜੇ ਸਮੇਂ ਬਾਅਦ ਆਪਦੇ ਸ਼ੋਜ਼ ਦਾ ਪੈਟਰਨ ਚੇਂਜ ਕਰ ਦਿੰਦਾ ਤਾਂ ਫਿਰ ਜਦੋਂ ਮੈਂ ਸ਼ੋਜ਼ ਵਿੱਚ ਜਾਂਦਾ ਸੀ that was an opportunity to literally just get in get connected with my fans right away ਉਹਨੂੰ ਮਿਲਣ ਦਾ ਬਹਾਨਾ ਮਿਲ ਜਾਂਦਾ ਸੀ ਇੰਗੇਜ ਕਰਨ ਦਾ ਬਹਾਨਾ ਮਿਲ ਜਾਂਦਾ ਸੀ so that's how i transitioned into music but eventually i stopped enjoying my music i think 19 20 ਦੇ ਨੇੜੇ ਤੇੜੇ ਨਾ cuz i felt yaar mera music waisa hi hai sara fir maine us dauran music karna utna chhod diya itna zyada kiya nahi एंड आई थिंकंक पास्ट वन ईयर आई हैव फोकस्ड कि यार मैं म्यूजिक को ना सीरियसली लूंगा सो आई स्टार्ट वर्क ऑन माई म्यूजिक आई स्टार्ट वर्क ऑन माई साउंड स्टार्टड वर्किंग ऑन माई वोकल्स एंड वो सारी ट्रांजेशन में से चेक कर गाना निकला उसमें से रूबीकॉन ड्रिल गाना निकला नो रीजन निकला पंजादाब निकला लैम्बो फ्लो कल आया तो जि हूँ फिर मैं गाने कर लग आई एम टेकिंग माई जॉब वेरी सीरियसली लाइक नाउम ट्राइंग टू अंडरस्टैंड फ्लोज टू वर्क ऑन एट वोकल्स वे बी

ਆਈ ਕੈਨ ਅਰਨ ਐਸ ਮੱਚ ਮਨੀ ਐਸ ਆਈ ਕੈਨ ਮੈਂ ਕਰੋੜਾ ਰੁਪਏ ਕਮਾ ਸਕਦਾ ਪਰ ਮੈਂ ਆਪਣੀ ਜ਼ਿੰਦਗੀ ਦਾ ਆਪਣੇ ਮਾਪਿਓ ਦੀ ਜ਼ਿੰਦਗੀ ਦਾ ਇੱਕ ਵੀ ਦਿਨ ਐਕਸਟਰਾ ਖਰੀਦ ਨਹੀਂ ਸਕਦਾ ਤਾਂ ਮੈਨੂੰ ਲੱਗਦਾ ਕਿ ਜਿਸ ਦਿਨ ਸਾਡੇ ਸਿਰ ਤੇ ਕੋਈ ਕਰਜ਼ਾ ਨਹੀਂ ਜਿਸ ਦਿਨ ਅਸੀਂ ਮਰਜ਼ੀ ਦੀ ਰੋਟੀ ਖਾਂਦੇ ਆ ਮਰਜ਼ੀ ਦੇ ਕੱਪੜੇ ਪਾਉਂਦੇ ਆ ਉਸ ਦਿਨ ਮੈਂ ਪਾਸ ਆ ਮੇਰੇ ਡੈਡੀ ਨੂੰ ਪਤਾ ਕਿ ਉਹਨੂੰ ਕੋਈ ਸਟ्रेस ਨਹੀਂ ਉਹਨੇ ਜੋ ਚਾਹੀਦਾ ਉਹਨੂੰ ਮਿਲ ਜੂ ਮੇਰੀ ਮੰਮੀ ਨੂੰ ਪਤਾ ਮੇਰੇ ਭਰਾ ਨੂੰ ਪਤਾ ਤਾਂ ਮੈਨੂੰ ਲੱਗਦਾ ਮੇਰੀ ਰਿਸਪੌਂਸਿਬਿਲਟੀ ਐਜ਼ ਅ ਸੰਡ डन ਹੋ ਗਈ। ਨਾਉ ਇਟ ਅਬ ਨੈਕਸਟ ਜਰਨੀ ਹੋਈ ਮੇਰੀ। ਮੈਨੂੰ ਕੀ ਚਾਹੀਏ? ਤਾਂ ਮੈਨੂੰ ਜਦੋਂ ਮੇਰੀਆਂ ਦੋ ਫੇਵਰਿਟ ਕਾਰਾਂ ਮਿਲ ਗਈਆਂ ਤੇ ਆਪਾਂ ਦਾ ਖੁਸ਼ ਜਿੰਦਗੀ ਚ ਆਪਾਂ ਸਵੇਰੇ ਗੱਡੀ ਸਟਾਰਟ ਕਰੀਦੀ ਆ ਰੱਬ ਦਾ ਧੰਨਵਾਦ ਕਰੀਦਾ ਬਾਤ। ਆਪ ਕਿੰਨੇ ਗਾਣੇ ਸੁਣਦੇ? ਬਚਪਨ ਮੈਂ ਕਿੰਨੇ ਸੁਣਦੇ ਸੀ ਤੇ ਹੁਣ ਕਿੰਨੇ ਸੁਣਦੇ ਹੋ? ਗਾਣੇ। ਵੀਰੇ ਪਤਾ ਹੈ ਅੱਜਕੱਲ ਚੱਕਰ ਕੀ ਹੈ ਇੰਨੇ ਸਿੰਗਰਸ ਨੂੰ ਸੁਣੀ ਦੇਣਾ ਤੁਸੀਂ ਇੱਕ ਬੰਦੇ ਦਾ ਨਾਂ ਨਹੀਂ ਲੈ ਸਕਦੇ। ਫੋਰ ਏਗਜ਼ਾਮਪਲ ਮੈਂ ਜਿੰਮ ਚਾ ਮੈਂ ਸਿੱਧੂ ਦੇ ਗਾਣੇ ਸੁਣਦਾ। ਮੰਨ ਲਓ ਜ ਫਿਰ ਮੈਂ ਐਲੀਗੇਟੀ ਦੇ ਗਾਣੇ ਸੁਣ ਲੈਂਦਾ ਜੇ ਮੰਨ ਲਓ ਮੈਂ ਕਿਤੇ ਚੱਲਿਆਂ ਥੋੜਾ ਜਿਹਾ ਇਰੀਟੇਟਿਡ ਆ ਕਿਸੇ ਚੀਜ਼ ਨੇ ਮੈਨੂੰ ਇਨਸਟੀਗੇਟ ਕੀਤਾ ਹੋਇਆ ਮੈਂ ਉਹ ਆਪਦੇ ਆਪ ਨੂੰ ਚੈਨਲਾਈਜ਼ ਕਰਨਾ ਹੈ ਉਹ એનર્ਜੀ ਨੂੰ ਫਿਰ ਮੈਂ ਰਸ ਦੇ ਗਾਣੇ ਸੁਣੂੰਗਾ ਤਾਂ ਅੱਡ ਅੱਡ ਮੂਡ ਹੈ ਰੋਦ ਦੇ 3-4 ਵਜੇ ਹੋਏ ਨੇ ਮੈਂ ਰਫਤਾਰ ਨੂੰ ਬਹੁਤ ਸੁਣਦਾ ਹਾਂ ਉੱਤਰਪਾਜੀ ਕੀ ਇੱਕ ਛੋਟੀ ਜਿਹੀ ਸਟੋਰੀ ਹੈ ਮੇਰੇ ਕੋਲ 2016 ਮੇਂ मतलब मैं एक यूट्यूब चैनल शुरू किया था नजर बट्टू नाम से था अच्छा बहुत छोटा यूट्यूब चैनल था लेकिन वीडियोस बहुत वायरल हो गए थे उनके तो रफ्तार भाई से थोड़ी सी ऐसी बात हुई कि उन्होंने बोला कि बहुत अच्छा लगे रफ्तार भाई कि अप्रिशिएट बहुत करते हैं आर्टिस्ट को उनको जो पसंद आता है रफ्तार जो पसंद आता है चाहे उसका एक सब्सक्राइबर हो हज़ार हो लाख हो वो उसको बोल देते कि तुम बहुत पसंद हो तो हम लोग एक गाना शूट कर रहे थे और हमें नहीं पता था जो हमारे साथ में लोग थे और जो काम करने वाले उनसे रफ्तार भाई की बात हुई होगी कि पाजिया पाएंगे उन्होंने कहा मैं आऊँगा बिल्कुल और हम लोग शूट कर रहे थे हमें पता नहीं था रफ्तारबाजी आने वाले तो हम लोग वहाँ शूट कर रहे हैं चल रहा है उधर से एक बंदा आता है हाई एनर्जी और ऐसे हमको पता नहीं रोल हो रखा है म्यूजिक बज रहा है हम कर रहे हैं कर रहे हैं सामने से एक बंदा आ रहा है फुल हाई एनर्जी कूदता हुआ और जब तक ऐसे वो दिमाग में आए कि तो रफ्तार है हम ऐसे खड़े हुए <laughs> और वो आए ऐसे कूदे हमसे गले लगे बड़ा अच्छा लगा बहुत अच्छा लगा और वो बहुत मतलब दिमाग में बैठा है वो इमेज अब बहुत सही बंदे कई बारी ना मीरे जो मतलब यंग आर्टिस्ट ਜੋ ਵੀ ਤੁਹਾਨੂੰ ਬੰਦਾ ਐਪਰੀਸ਼ੀਏਟ ਕਰਦਾ ਨਾ ਹਾਂ ਜੈਨੂਨਲੀ ਉਹ ਯਾਦ ਰਹਤਾ ਜ਼ਿੰਦਗੀ ਵਿੱਚ ਤੇ ਉਸੇ ਵੀ ਬੜੀ ਬਾਤ ਕਹ ਐਪਰੀਸ਼ੀਏਟ ਤੋਂ ਫਿਰ ਅ ਲੋਟ ਆਫ ਪੀਪਲ ਵਿਲ ਡੂ ਜਿਸਕੋ ਆਪਨੇ ਐਪਰੀਸ਼ੀਏਟ ਕਰਕਿਆ ਉਹ ਜਬ ਬੜਾ ਹੋ ਗਿਆ ਫਿਰ ਉਸਕੋ ਐਪਰੀਸ਼ੀਏਟ ਕਰਨਾ ਮੁਸ਼ਕਿਲ ਹੋ ਜਾਂਦਾ ਲੋਗੋ ਕੇ ਲਈ ਆ ਜਿਹੜੀ ਚੀਜ਼ ਮੈਂ ਨੋਟ ਕੀਤੀ ਆ ਕਿ ਐ ਵੱਡਾ ਬਣ ਕੇ ਤਾਂ ਛੋਟਿਆਂ ਨੂੰ ਸਾਰੇ ਐਪਰੀਸ਼ੀਏਟ ਕਰ ਦਿੰਦੇ ਨੇ ਜਦ ਛੋਟਾ ਵੱਡਾ ਬਣ ਜਾਂਦਾ ਨਾ ਫਿਰ ਉਹ ਤੁਹਾਡੀਆਂ ਅੱਖਾਂ ਚ ਰੜਕਣ ਲੱਗ ਗਿਆ ਕਿ ਮੈਂ ਰਵੇ ਤਾਂ ਛੋਟਾ ਹੁੰਦਾ ਸੀ ਓਏ ऐसे होता है ओ तुम्हारा तो टेस्ट है भाई इतनी पॉजिटिविटी आपने दिखाई इतनी <laughs> है इतनी पॉजिटिविटी इंस्पायर किया है और पॉजिटिव कुछ नेगेटिव बताओ अपने बारे में नेगेटिव भी बहुत गल्ला है 12 नंबर का सवाल है हां जी 12 का सवाल आप शुरू जाओ मेरी नेगेटिविटी की यार, यार मतलब डिसिप्लिन मतलब मैं बहुत ज्यादा एक्सट्रीम मुझे मैं कम करने लग गया तो मैं कम ही करी तो जी मैं कम छा तो मैं कम बिल्कुल नहीं करूंगा हम यही जानना चाहते नया तो आप... <laughs> <से? laughs> तो नया हाँ शौक पूरे करे होंगे आपने पूरे वीरे लुई बटा बूट लेके फोटो पाई दी बूट लेकेट हुआ ये तो फालतू में गया फ्लैक्स फालतू में कुछ भी फालतू में गया कुछ भी ऐसा किया पता है वीरे देखो क्या है कि जब बीस बाईस साल का बंदा उसके तो गोल्स यही है ना जिसने लिबर्टी डाला है, बाटा डाला है कि अपना लुई तो वो अचीवमेंट ही है उसमें कोई फुकराबाजी नहीं है अगर अपनी मेहनत से कोई बंदा हजार डॉलर के बूट ले रहा है तो उसमें कुछ गलत नहीं है लेकिन जब वो बंदा पच्चीस साल का हो गया जब मे बी वो काम कर रहा है उसको वो फिर सोचता है यार ਉਹ ਫੋਟੋ ਨਹੀਂ ਸੀ ਪਾਉਣੀ ਚੰਗਾ ਥੋੜੀ ਲੱਗਦਾ ਹੁਣ ਉਹ ਥੋੜਾ ਉਮਰ ਦੇ ਵਿੱਚ ਵੱਡਾ ਹੋ ਗਿਆ ਹੁਣ ਉਹ ਤਾਂ ਅਬ ਮੇਬੀ ਉਸਕੇ ਪਾਸ ਸ਼ੂਜ਼ ਵੀ ਆ ਉਹ ਥੋੜਾ ਇੰਟੈਲੈਕਚੁਅਲੀ ਵੀ ਯਾਰ ਸਿਆਣਾ ਹੋ ਗਿਆ ਫਿਰ ਉਹ ਕਹੋਲੇਗਾ ਯਾਰ ਮੈਂ ਗੱਡੀ ਲੈ ਲਈ ਨਵੀਂ ਫਿਰ ਉਹ ਲਿਖਦਾ ਫੋਟੋ ਤੇ ਗੋਡ ਬlesਸਡ ਥੈਂਕ ਯੂ ਗੋਡ ਥੈਂਕ ਯੂ ਡ੍ਰੀਮਸ ਕਮ ਟ੍ਰੂ ਫਿਰ ਜਦੋਂ ਉਹਦੇ ਕੋਲੇ ਦੋ ਤਿੰਨ ਕਾਰਾਂ ਹੋ ਗਈਆਂ ਔਰ ਉਹ 30 35 ਸਾਲ ਦਾ ਹੋ ਗਿਆ ਫਿਰ ਉਹ ਕਹਿੰਦਾ ਯਾਰ ਚੰਗਾ ਲੱਗਦਾ ਯਾਰ ਮੈਂ ਗੱਡੀ ਦੀ ਫੋਟੋ ਉਹ ਨਹੀਂ ਦੀਦੀ ਦੀ ਫੋਟੋ ਲਾਏਗਾ ਮੈਂ ਬਿਜ਼ਨਸ ਦੀ ਫੋਟੋ ਪਾਉਣਾ ਸਿਆਣਾ ਹੈ ਨਾ <laughs> मैं बिजनेस की फोटो पावा अभी जो बिलियन एरा है वो सोचेगा यार बिजनेस बड़ी बात नहीं है तो ये स्टेप्स ने वो, वो कुछ भी नहीं डालता एक सर्टेन टाइम नहीं वो यार्ड नहीं पाउंदा <laughs> जैसे वो बोल के कि यार जकरबर्ग एक रंग की टी-शर्ट पहन के घूमता रहता है पर वो भी बहुत महंगी है हां ये कंटेंट क्रिएटर कहंदे ने कि रिच पीपल लुक पुअर दैट्स बुलशिट जेड़ा जकरबर्ग भी टी-शर्ट पावा ना जेड़ा जकरबर्ग भी टी-शर्ट पावा ਉਹੀ ਬੜੀ ਮਹਿੰਗੀ ਹੋਊਗੀ ਪਰ ਠੀਕ ਆ ਉਹੀ ਗੱਲ ਹੋ ਗਈ ਨਾ ਉਹ ਕੰਮ ਕਰ ਰਿਆ ਉਹ ਉਸ ਫੀਲਡ ਦੇ ਵਿੱਚ ਹੈ ਨਹੀਂ ਹਨਾ ਉਹ ਸਾਰਾ ਦਿਨ ਰਾਤ ਆਪਦਾ ਕੰਮ ਤੇ ਜਕਰਪੁਰ ਕਿਹੜਾ ਚੱਲ ਨਹੀਂ ਕਰਦਾ ਹੈਗਾ ਪਿਆਟ ਵਾਲੀਆਂ ਫੋਟੋਆਂ ਦੇਖਦੇ ਨਹੀਂ ਹੈਗੇ ਉਹਦੀਆਂ ਸਾਰੇ ਬੰਦੇ ਹੀ ਕਰਦੇ ਨੇ ਪੁਆਇੰਟ ਇਹ ਜਦੋਂ ਮੇਰੇ ਲਈ ਲੂਈ ਬਟੋਨ ਵੱਡੀ चीज ਸੀ ਮੈਂ ਉਹਦੀ ਫੋਟੋ ਪਾਤੀ ਕਾਰ ਵੱਡੀ चीज ਹੋਊਗੀ ਮੈਂ ਉਹਦੀ ਫੋਟੋ ਪਾਤੀ ਕੱਲ ਨੂੰ ਮੰਨ ਲਓ ਮੈਂ ਸ਼ੱਪ ਲੈ ਲਿਆ ਉਹ ਵੱਡੀ चीज ਹੋ ਜੂਗੀ ਮੈਂ ਉਹਦੀ ਫੋਟੋ ਪਾ ਦੂੰਗਾ ਪਰ ਰਿਗਰਟ ਤਾਂ ਹੈ ਹੀ ਆ ਯਾਰ ਹੁਣ ਮੈਂ ਇੰਨਾ ਵੱਡਾ ਹੋ ਗਿਆ ਤੇ ਉਦੋਂ ਮੈਂ ਸ਼ੂਜ਼ ਨੂੰ ਲੈ ਕੇ ਐਕਸਾਈਟਡ ਹੁੰਦਾ ਸੀ ਪਰ ਠੀਕ ਹੈ ਮੇਰੀ ਉਮਰ ਉਹ ਸੀ ਨਾ ਹੂੰ ਉਮਰ ਉਹ ਸੀਗੀ ਮੇਰੀ ਵੀ ਤੇ ਇੱਕ 10 ਇਅਰ 올ਡ ਕਨਵਰਸੇਸ਼ਨ ਵੀ ਲਾਈਕ ਤੂੰ ਤਾਂ ਕਰਦਾ ਸੀ ਔਰ ਆਪਕੀ ਵੈਸੇ ਫੇਵਰਿਟ ਡੈਸਟੀਨੇਸ਼ਨ ਛੁੱਟੀਆਂ ਕੇ ਲਈ ਸਿਡਨੀ ਸਿਡਨੀ ਆਸਟ੍ਰੇਲੀਆ ਹਾਂ ਜੀ ਸਿਡਨੀ ਮੈਨਲੀ ਬੀਚ ਆਪਨੇ ਕਹਾਂ ਕਹਾਂ ਟਰੈਵਲ ਕੀਤਾ ਘੁੰਮਣ ਕੇ ਲਈ ਹੌਲੀਡੇ ਕੇ ਲਈ ਜਾਂ ਸ਼ੋਅ ਕੇ ਲਈ ਨਹੀਂ ਐਸੇ ਘੁੰਮਣ ਕੇ ਲਈ ਸ਼ੋਅ ਕੇ ਲਈ ਸ਼ੋਅ ਲਈ ਤਾਂ ਮੈਂ ਬਹੁਤ ਥਾਂ ਮਤੇ ਗਿਆ ਮਤਲਬ ਮੰਨ ਲਓ ਜੇ ਮੈਂ ਅਮਰੀਕਾ ਗਿਆ ਤਾਂ ਮੈਂ ਉੱਥੇ ਮਿਊਜ਼ਿਕ ਵੀਡੀਓ ਸ਼ੂਟ ਕਰ ਰਿਹਾ ਅਜਾਬ ਕੁਝ ਹੋਰ ਇੱਕ ਐਕਸਟਰਾ ਕੰਮ ਵੀ ਕਰ ਹੀ ਆ ਦੇ ਨੀ ਨੀ ਕੰਮ ਕੇ ਲਈ ਜਾਂਦਾ ਹਾਂ ਔਰ ਇੱਕ ਐਕਸਟਰਾ ਦਿਨ ਮੇ ਵੀ ਰੁਕ ਜਾਂਦਾ ਹਾਂ ਪਰ ਲਿਕ ਟਰੈਵਲ ਇੰਨਾ ਨਹੀਂ ਕੀਤਾ ਜਿਵੇਂ ਮੈਂ ਦੁਬਈ 2-3 ਵਾਰ ਹੀ ਗਿਆ ਹਰ ਵਾਰੀ ਸ਼ੋਅ ਤੇ ਹੀ ਗਿਆ ਉਹ ਸਨੈਪਚੈਟ ਤੇ ਤਾਂ ਸ਼ੁਕਰ ਹੀ ਦੇ ਕੇ ਬੜਾ ਜਲ ਕਰ ਰਿਹਾ ਉਹ ਜਾਜ ਤੋ ਸਿੱਧਾ ਹੋਟਲ ਆਈਦਾ ਹੋਟਲ ਤੋ ਸਿੱਧਾ ਸ਼ੋਅ ਤੇ ਇੱਕ ਵਾਰੀ ਅਸੀਂ ਥਾਈਲੈਂਡ ਗਏ ਤੇ ਸਾਡਾ ਸ਼ੋਅ ਸੀਗਾ ਕਿਸੇ ਵੈਡਿੰਗ ਦਾ ਤੇ ਮੈਨੂੰ ਯਾਦ ਆ ਮੈਂ ਏਅਰਪੋਰਟ ਤੋਂ ਸਿੱਧਾ ਗਿਆ ਹੋਟਲ ਤੇ ਹੋਟਲ ਜਾਣ ਸਰ ਸੌ ਗਿਆ ਉੱਠਿਆ ਜਿਮ ਲਾਇਆ ਉਸੇ ਹੋਟਲ ਦੇ ਵਿੱਚ ਵੈਡਿੰਗ ਸੀ ਵੈਡਿੰਗ ਦਾ ਸ਼ੋਅ ਕੀਤਾ ਸਵੇਰੇ 9 ਵਜੇ ਦੀ ਫਲਾਈਟ ਵਾਪਸ ਇੰਡੀਆ ਮੁਸਾਫਰਾਂ ਦੀ ਕਮ ਕਰਾਈ ਹਾਂਜੀ ਹੋਟਲ ਚ कर नहीं कर रहे। कर रहे। <laughs> स्टार्टिंग में, करियर के स्टार्टिंग में ऐसा होता है कि जैसे एक है, नाम नहीं लूँगा बताऊँगा आपको तो वो ऐसा करते थे उन्होंने बताया कि मैं पहचानते पहचान नहीं पाएगा तो उन्होंने बताया था कि जब वो भी ग्रो कर रहे थे आज तो बहुत बड़ा नंबर है नाम है उनका कि मैं क्या करता हूँ मैं अगर बैंगलोर गया हूँ ਤੁਮੇ ਫੋਟੋਸ ਵੀਡੀਓਸ ਰੱਖ ਲੇਤਾ ਹੂੰ ਫੋਨ ਮੇਂ ਔਰ ਮੈਂ ਉਸਕੋ ਮੰਨ ਲਓ ਮੈਂ ਦਿੱਲੀ ਮੇਂ ਵੀ ਪੜਹਾ ਹੂੰ ਐਸੀ ਡਾਲਤਾ ਹੂੰ ਟਰੈਵਲਿੰਗ 에য়ারਪੋਰਟ ਕੀ ਡਾਲਦੀ ਤਾਂ ਕਿ ਲੋਗੋ ਕੋ ਲਗੇ ਇਹ ਤਾਂ ਬਹੁਤ ਬਿਜ਼ੀ ਹੈ ਬਹੁਤ ਕਾਮ ਹੈ ਇਸਕੇ ਬਾਸ ਤੁਸੀਂ ਆਏ ਤਾਂ ਜਰੂਰ ਹੁੰਦਾ ਹੈ ਕਿ ਕਈ ਵਾਰੀ ਕਿਤੇ ਗਏ ਤੇ ਆਪਾਂ ਮੰਨ ਲਓ ਪੰਜ ਥਾਵਾਂ ਤੇ ਗਏ ਤੇ ਉੱਥੇ ਆਪਾਂ ਫੋਟੋਆਂ ਵਧੀਆ ਖਿੱਚ ਲੀਆਂ ਤੇ ਉਹ ਫੋਟੋਆਂ ਰੱਖ ਲੀਆਂ ਕਿਉਂਕਿ ਹਰ ਰੋਜ਼ ਤਾਂ ਇਹ ਤਿਆਰ ਨਹੀਂ ਨੋਈਦਾ ਹਾਂ ਹੁਣ ਮੈਂ ਤੁਹਾਡਾ ਪੋਡਕਾਸਟ ਕਰਨਾ ਆ ਮੈਂ ਦਾੜੀ ਧੂੜੀ ਸੈੱਟ ਕਰਕੇ ਨਹੀਂ ਤਾਂ ਕਰੇ ਤਾਂ ਮੈਂ ਐਵੇਂ ਹੀ ਫਿਰਦਾ ਹੁੰਦਾ ਹਾਂ ਤੇ ਆਏ ਤਾਂ ਜਰੂਰ ਹੋਏਗੇ ਫੋਟੋ ਵਧੀਆ ਹੈਗੀਆਂ ਨੇ ਤੇ ਰੈਗੂਲਰਲੀ ਪੋਸਟ ਜਿਵੇਂ ਗਾਣਾ ਹੁਣ ਮੇਰਾ ਗਾਣਾ ਆਇਆ ਲੈਂਬਰਗਿਨੀ ਫਲੋ ਹੂੰ ਭਾਜੀ ਉਸ ਵੀਡੀਓ ਦੇਖ ਲਦੇ ਹਾਂ ہم ਲੋਕੋ ਵੀ ਤੁਹਾਨੂੰ ਵਧੀਆ ਲੱਗੀ ਹਾਂ ਵੀਡੀਓ ਦੇਖੀ ਅਸੀਂ ਮੈਨੇਗਾ ਇਹ ਲੈਂਬਰਗਿਨੀ ਘੁਮਾ ਦਿੱਆ ਆਪਨੇ ਪੂਰੀ ਉਸਮੇ ਆਪਨੇ ਨੋਟ ਕੀਤਾ ਉਹ ਵੀਡੀਓ ਬਹੁਤ ਇੰਟਰਸਟਿੰਗ ਹੈ ਉਸਮੇ ਇੱਕ ਵੀ ਲਿਪਸਿੰਕ ਨਹੀਂ ਹੈ ਹਾਂ ਪੂਰਾ ਮੈਨੇ ਗਾਣਾ ਨਹੀਂ ਗਾਇਆ ਸਿਰਫ ਐਂਡ ਮੇ ਇੱਕ ਲਾਈਨ ਬੋਲੀ ਹੈ ਮੈਂ ਗੱਭਰੂ ਦੀ ਗੱਲ ਬਾਤ ਬਿੱਲੋ ਜਿਵੇਂ ਲੈਂਬਰਗਿਨੀ ਕਿਉਂਕਿ ਆ ਵਾਂਟਡ ਦ ਜੁਸਕਾ ਫਲੋ ਹੈ ਗਾਣੇ ਕਾ ਉਹ ਫਾਸਟ ਹੈ ਔਰ 뮤직 ਵੀਡੀਓ ਬਿਲਕੁਲ ਸਲੋ ਹੈ ਸੋ ਆ ਰੀਲੀ ਵਾਂਟਡ ਪੀਪਲ ਟੂ ਹੀਅਰ ਦ Song ਐਂਡ ਵਾਚ ਦ ਵੀਡੀਓ ਲਾਈਕ ਇਟਸ ਅ ਲੈਂਬਰਗਿਨੀ ਕਮਰਸ਼ੀਅਲ ਤਾਂ ਮੈਂ ਉਹਨੂੰ ਉਵੇਂ ਅਸੀਂ ਸ਼ੂਟ ਕੀਤਾ ਸੀਗਾ ਕਮਿੰਗ ਬੈਕ ਟੂ ਦ ਪੁਆਇੰਟ ਤਾਂ ਜੇ ਮੈਂ ਮੰਨ ਲਓ ਹੁਣ ਸ਼ੂਟ ਕੀਤੀ ਲੈਂਬਰਗਿਨੀ ਦੇ ਸ਼ੂਟ ਉਦੋਂ ਫੋਟੋਆਂ ਖਿੱਚ ਲੀਆਂ ਕਿ ਜਦੋਂ ਗਾਣਾ ਆਊਗਾ ਉਦੋਂ ਪੋਸਟ ਕਰ ਦੂੰਗਾ ਪਰ ਐਵੇਂ ਨਹੀਂ ਕਦੇ ਪੋਸਟ ਕੀਤਾ ਸ਼ੋਅ ਕਰਨ ਦੇ ਲਈ ਕਿ ਮੈਂ ਟਰੈਵਲ ਕਰ ਰਿਹਾ మేబీ ਕਿਉਂਕਿ ਮੈਂ ਟਰੈਵਲ ਕਰਦਾ ਸ਼ਾਇਦ ਜੇ ਮੈਂ ਟਰੈਵਲ ਨਾ ਕਦੇ ਕੈਰੀਅਰ ਦੇ స్టార్టింగ్ ਮੇ ਲੋਕ ਕਰਦੇ ਹੋ ਇਨਫਲੂਐਂਸਰਲੀ ਜ਼ਰੂਰੀ ਹੈ ਨਾ ਇਨਫਲੂਐਂਸਰਲੀ ਜ਼ਰੂਰੀ ਤਾਂ ਵੀਡੀਓਜ਼ ਕਰਦੇ ਹੁੰਦੇ ਸੀ ਤਾਂ ਕੈਮਰੇ ਨਾਲ ਖੜ ਕੇ ਫੋਟੋ ਪਾਉਣੀ ਹੁੰਦੀ ਸੀ ਭਾਜੀ ਸਟੋਰੀ ਦੇਖ ਤੋ ਕਿਸ-ਕਿਸ ਨੇ ਦੇਖੀ ਮੇਰੀ ਨਹੀਂ ਅੱਛਾ ਇਸਨੇ ਵੀ ਦੇਖ ਲਈ ਐਸਾ ਹੋਇਆ ਕਦੇ ਨਹੀਂ ਪਰ ਮੈਂ ਸਾਰਿਆਂ ਦੀ ਦੇਖਦਾ ਮੈਨੂੰ ਬੜੇ ਲੋਕਾਂ ਨੇ ਮਨਾ ਕੀਤਾ ਪਰ ਮੇਰੇ ਮੇਰਾ ਮੈਂ ਇੰਸਟਾਗ੍ਰam ਦਿਖਾ ਦਿੰਦਾ ਮੇਰਾ 21 ਪ੍ਰੋਫਾਈਲ ਚੱਲਦਾ ਮੈਂ ਆਪਣੇ ਪ੍ਰੋਫਾਈਲ ਤੋਂ ਸਾਰਿਆਂ ਦੀ ਦੇਖਦਾ ਪਰ ਆਪ ਵੀ ਚਲਾਤੇ ਹੋ ਹਾਂ ਮੈਂ ਜਿਲਾਉਣਾ ਮੈਂ ਆਪਣੇ ਸਾਰਿਆਂ ਦੀ ਦੇਖ ਹਾਂ ਮੈਂ ਤੇਰਾ ਸਾਰਾ ਕੰਟੈਂਟ ਦੇ ਦਿੰਦਾ ਜਿਹੜਾ ਮੈਨੂੰ ਵਧੀਆ ਲੱਗਦਾ ਮੈਂ ਕਹਿੰਦਾ ਮੇਰੀ ਉਹ ਕੀ ਨਾਮ ਮੁੰਡਾ ਜਿਹਨੇ 75 ਹਾਰਡ ਕੀਤਾ ਅੰਕਿਤ ਅੰਕਿਤ ਤੇ ਉਹਦੀ ਵੀ ਮੈਂ ਦੇਖੀ ਮੈਂ ਉਹਨੂੰ ਹੀ ਮੈਸੇਜ ਕੀਤਾ ਮੈਂ ਕਿਹਾ ਕੀ ਬਾਤ ਅੱਜ ਮੇਰਾ 16th ਡੇ ਹੈ 75 ਹਾਰਡ ਦਾ ਆਪ ਵੀ ਕਰ ਲਾ ਹਾਂ ਮੈਂ ਪੋਸਟ ਨਹੀਂ ਕਰ ਰਿਹਾ ਉਹਦੇ ਬਾਰੇ ਕਿਉਂਕਿ ਮੈਂ ਹੋਰ ਬਹੁਤ ਚੀਜ਼ਾਂ ਪੋਸਟ ਕਰਨੀਆਂ ਨੇ ਪਰ ਆਮ ਡੂਇੰਗ 30 ਡੇਸ ਕਿਉਂਕਿ ਐਂਡ ਆਫ ਥਿਸ ਮੰਥ ਆਈ ਹੈਵ ਅ ਪਾਰਟੀ ਆਈ نو ਆ ਮਾਈਟ ਬੀ ਡਰਿੰਕਿੰਗ ਪਰ ਮੈਂ 30 ਦਿਨ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਵਧੀਆ ਚੱਲ ਰਿਹਾ ਤੂੰ ਡਰਿੰਕਿੰਗ ਐਸੇ ਪਾਰਟੀ ਵਾਰਟੀ ਪਈ ਓਕੇਸ਼ਨਲੀ ਨਹੀਂ ਨਹੀਂ ਡਰਿੰਕ ਤਾਂ ਮੈਂ ਕਰ ਲੈਣਾ पर मेरी एक फिल्म का शूट है लिए थोड़ा फिट होना वापस है वापस एंड आई प्रैफर नॉट ड्रिंकिंग ड्यूरिंग अक्टूबर नवंबर नहीं नहीं, नहीं। <laughs> जोक, जोक जोक अभी इन्होंने लिखना शुरू कर दिया दिया ये क्या बोल दिया? <laughs> <laughs> <दिलेट> करो वापस <laughs> आप स्टैंड अप कॉमेडी का मैं ਹਾਂ ਇਹ ਜਾਨਣਾ ਚਾਹੀਏ ਹਮ ਮੈਂ ਰਸਲ ਪੀਟਰਸ ਜਦੋਂ ਵਾਇਰਲ ਨਹੀਂ ਸੀ ਹੋਇਆ ਹਾਂ ਉਦੋਂ ਰਸਲ ਪੀਟਰਸ ਕਿਉਂਕਿ ਇੰਟਰਨੈਟ ਇਹਨਾਂ ਚੱਲਦਾ ਨਹੀਂ ਸੀ ਉਦੋਂ ਮੈਂ ਡੈਨੀ ਬੋਏ ਰਸਲ ਪੀਟਰਸ ਜਿਹੜੇ ਪੁਰਾਣੇ ਸਟੈਂਡ ਅਪ ਕਮੀਡੀਅਨ ਸੀ ਉਹਨਾਂ ਨੂੰ ਸੁਣਦਾ ਹੁੰਦਾ ਸੀਗਾ ਐਡੀ ਮਰਫੀ ਮੈਂ ਬਹੁਤ ਜ਼ਿਆਦਾ ਸੁਣਿਆ ਤੇ ਕੈਟ ਵਿਲੀਅਮਸ ਬਹੁਤ ਜ਼ਿਆਦਾ ਸੁਣਿਆ ਸੀ ਕਿ ਲੂਇਸ ਹੈ ਤਾਂ ਮੈਂ ਸਾਰੇ ਸਟੈਂਡ ਅਪ ਕਮੀਡੀਅਨ ਸੁਣਦਾ ਹੁੰਦਾ ਸੀ ਉੱਥੋਂ ਮਤਲਬ ਮੇਰੇ ਵਿੱਚ ਨਾ ਇਹ ਫੀਲਡ ਨੂੰ ਲੈ ਕੇ ਅਟਰੈਕਸ਼ਨ ਆਈ ਸੀ ਸਟੇਜ ਕੋਲੇ ਕੇ ਹਾਂ ਸਟੇਜ ਨੂੰ ਲੈ ਕੇ ਕਿਉਂਕਿ ਮੈਂ ਸੀਗਾ ਆਸਟ੍ਰੇਲੀਆ और आई वाज़ अवेय फ्रॉम माय स्टेज ता स्टैंडअप स्टैंडअप कॉमेडी वाज़ समथिंग जिसने फिर से जगाया था वो चीज़ इंडियन स्टैंडअप कॉमेडी में सारे नुवाल मौसुम भी बहुत अच्छे टाइम चल रहे हैं स्टैंडअप कॉमेडी का नहीं वेरी उनाई हो गया ना कि हर एक कम्युनिटी हर एक सेगमेंट ऑफ़ पीपल ह� ਉਹ ਇਸ ਉਬਨੀਆਂ ਉਹਨਾਂ ਸਾਡਾ ਦਾ ਸੇਮ ਰੋਲਾ ਸਾਡੇ ਘਰੇ ਚੱਲਦਾ ਤਾਂ ਉਹ ਬੜੀਆਂ ਨੇਚਰਲ ਜੀਆਂ ਚੀਜ਼ਾਂ ਨੇ ਕਦੇ ਮੰਨ ਨਹੀਂ ਹੋਆ ਕਿ ਸਟੈਂਡ ਅਪ ਵੀ ਕਰਕੇ ਦੇਖ ਤਾ ਸਭ ਤੋਂ ਕਰ ਲਈਏ ਆਪਨੇ ਸਟੈਂਡ ਅਪ ਹੋਣੀ ਹਾਂ ਕ ਕੀਤੀ ਜਾ ਸਕਦੀ ਹੈ ਕਦੇ ਕਰੋ ਸਟੈਂਡ ਅਪ ਕੋ ਵੀਡੀਓ ਕਰੀਏ ਨਾ ਮੈਂ ਕੀਤੀ ਜਾ ਸਕਦੀ ਹੈ ਸਟੈਂਡ

ਤੁਹਾਨੂੰ ਅੱਛੀ ਲੱਗੀ ਹੋ? ਅਭੀ ਨੇ ਮੈਂ ਆ ਵੈਬ ਸੀਰੀਜ਼ ਦੇਖੀ ਹੋਣਾ ਥੋੜੀ ਦੇਰ ਪਹਿਲਾਂ ਤਾਲੀ ਤਾਲੀ ਹਾਂ ਉਹ ਬਹੁਤ ਵਧੀਆ ਸੀਗੀ ਇੱਕ ਫਰਜ਼ੀ ਦੇਖੀ ਉਹ ਫਿਲਮ ਚ ਤਾਂ ਨਹੀਂ ਆਉਂਦੀ ਵੈਬ ਸੀਰੀਜ਼ ਪਰ ਫਰਜ਼ੀ ਬਹੁਤ ਵਧੀਆ ਸੀਗੀ ਹਮਮ ਹੋਰ ਮਤਲਬ ਮੈਂ ਕੰਟੈਂਟ ਦੇਖਦਾ ਰਹਿਣਾ ਹੁਣੇ ਮੁਕਾਇਆ ਮੈਂ ਬਲੈਕ ਮਿਰਰ ਹੁਣੇ ਫਿਨਿਸ਼ ਕੀਤਾ ਵਾ ਇਹ ਜੀ ਮਤਲਬ ਮੈਂ ਮੈਂ ਪ੍ਰੀਫਰ ਕਰਦਾ ਓਟੀਟੀ ਦਾ ਕੰਟੈਂਟ ਦੇਖਣਾ ਇਨਫੈਕਟ ਮੈਂ ਕੰਮ ਵੀ ਓਟੀਟੀ ਚ ਕਰਨਾ ਜ਼ਿਆਦਾ ਪ੍ਰੀਫਰ ਕਰਦਾ ਆਪ ਜੋ ਅਨਲੈਸਟ ਜਿਹੜੀਆਂ ਫਿਲਮਸ ਨੇ ਉਹ ਥੋੜੀਆਂ ਜੀਆਂ ਆਫ ਬੀਟ ਹੋਣ क्योंकि बॉलीवुड फिल्म लगा लो पंजाबी फिल्म लगा लो इंग्लिश फिल्म लगा लो फिल्म ना एक पैटर्न है एक हीरो है उसमें और एक हीरोइन है ही हीरो जो है वो जब आता है वो सबके पैरियाँ लगाता है वो बच्चों को बहुत प्यार करता है वो दिल का बहुत अच्छा है वो जब एंटर करता है और हीरोइन ही इंट्रोड्यूस होती है लोगों को पता है इनको प्यार हो जाएगा जैसे ही एक दूसरे की तरफ़ देखिए गाना शुरू हो जाएगा तो मैंने लगता वो चीज़ किन्नी बारी मैं डिफरेंटली कर सकता हीरो आया ਤਾਂ ਉਹ ਯਾ ਮੋਟਰਸਾਈਕਲ ਤੇ ਆਇਆ ਕਰ ਤੇ ਆਇਆ ਬਸ ਚ ਆਇਆ ਉਹਨੇ ਕੁੜੀ ਨੂੰ ਦੇਖ ਲਿਆ ਉਹਨਾਂ ਨੂੰ ਪਿਆਰ ਹੋ ਜਾਣਾ ਮੈਨੂੰ ਲੱਗਦਾ ਮਿਸਟਰੀ ਇਸ ਚੀਜ਼ ਵਿੱਚ ਹੈ ਕਿ ਇੱਕ ਮੁੰਡਾ ਆ ਇੱਕ ਕੁੜੀ ਆਈ ਉਹਨਾਂ ਨੇ ਇੱਕ ਦੂਜੇ ਨੂੰ ਦੇਖ ਲਿਆ ਪਰ ਉਹਨੂੰ ਪਿਆਰ ਕਿਵੇਂ ਹੋਇਆ ਇਹ ਸਾਰੀ ਫਿਲਮ ਹੋਣੀ ਚਾਹੀਦੀ ਹੈ ਉਹ ਚੀਜ਼ ਉਹ ਜਿਹੜੀ ਲੇਰਿੰਗ ਹੈ ਉਹ ਐਕਸਪਲੋਰ ਬੰਦਾ OTT ਚ ਕਰ ਸਕਦਾ ਉਹਨੂੰ ਕ੍ਰੀਏਟਿਵ ਫਰੀडम ਆਪਕੋ ਲੱਗਦਾ ਜਾਦਾ ਵਾਹਾਂ ਤੇ ਕੈਰੈਕਟਰ ਦੀ ਲੇਅਰ ਹੋਵੇ ਨਾ ਵੀਰੇ ਬਹੁਤ ਕੈਰੈਕਟਰ ਬਹੁਤ ਟਾਈਮ ਸੇ ਦੇਖ ਰਹੇ ਹੋ ਨਾ ਬਹੁਤ ਟਾਈਮ ਕੇ ਲਈ ਤੋ ਕੈਰੈਕਟਰ ਕੀ ਆ ਕੇ ਕਰ ਰਿਹਾ ਹੈ ਅੱਛੇ ਸਮਝ ਮਾਂ ਆਤਾ ਹੈ ਹੋਰੀ ਚ ਕਲੀਨ ਸ਼ੇਵ ਕਰਾ ਲਿਆ ਵੀ ਕੁਝ ਆ ਰਿਹਾ ਹੈ ਮੇਰੀ ਇੱਕ ਵੈਬ ਸੀਰੀਜ਼ ਆ ਰਹੀ ਹੈ ਜੀ ਤੇ ਉਹ ਆਪਨੇ ਕਲੀਨ ਸ਼ੇਵ ਕਰ ਲਿਆ ਆਪਕੋ ਐਸੇ ਧੱਕਾ ਨਹੀਂ ਪਹੁੰਚਾਣਾ ਕਿ ਕ निकल ਜਾਂ ਹਾਂ ਵੀਰੇ ਦੇਖੋ ਇਹੀ ਤਾਂ ਕਮਾਲ ਦੀ ਚੀਜ਼ ਹੈ ਕਿ ਮੈਨੂੰ ਇਹ ਲੱਗਦਾ ਜਿਵੇਂ ਤੁਹਾਨੂੰ ਵੀ ਅਲਾਦਰ ਪਰਮਿਸ਼ਨ ਲਈ ਦਾੜੀ ਸ਼ੇਵ ਕਰਨੀ ਗਲਪੱਡੀ ਗੱਲ ਉਹ ਜਦੋਂ ਉਹਨਾਂ ਨੇ ਮੈਨੂੰ ਸਕ੍ਰਿਪਟ ਦੀ ਨਾ ਸਾਰੀ ਸਕ੍ਰਿਪਟ ਪੜ੍ਹੀ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਸ਼ੇਵ ਕਰਨ ਨੂੰ ਕਹਿ ਰਹੇ ਨੇ ਫਿਰ ਮੈਂ ਡੀਓਪੀ ਸਰ ਨੇ ਜੋ ਮੇਰੇ ਰਜੀਵ ਰਵੀ ਸਰ

दमाउंट ऑफ पीपल दैट आर फॉलोइंग तू सारे वर्ल्ड के लिए काम कर रहा है एंड आई थिंक इट वॉज बिगर डिसीजन फॉर देम नॉट मी बिकोज हम गाने में किसी को फीचर के लिए भी लेते हैं कि का क्या प्रोफाइल है हाउ मैनी पीपल फॉलो अभी किसी एक एक्ट्रेस का नाम लो या रैपर का नाम लो का ले लिया हाँ रफ्तार वीरू ले लो है ना hmm. तो रफ्तार वीर नु कहो कि भाई मैं आपको ले रहा हूँ अपने गाने में

तो वैसी उनके लिए बहुत बड़ी बात थी कि यार एक परमिशन लेने एंड लेट्स टेक अवे द लेट्स से द फॉलोइंग और द एक्सेप्टेंस दैट ही ब्रिंग्स तो दैट वॉज अ वेरी बिग कॉल फॉर देम एंड व्हेन आई रेड द स्क्रिप्ट आई सॉ द डिटेलिंग इन आर्ट आर्ट डिपार्टमेंट इन द कॉस्ट्यूम डिपार्टमेंट आई थॉट यार ये तो कुछ भी नहीं है कि उन्होंने इतना फाइन अपना क्राफ्ट किया है

लेकिन फिर गाने चलने बंद हो गए क्योंकि जो हमारे दोस्त <laughs> हैं उनकी शादियां होगी बच्चे हो गए किड्स जैसे कोई जिम में कोई लड़का hmm. है या कोई भाई है किसी का जिसको छोटे छुट छोटे भाई बहन नहीं थे जिसको बोलते थे ओह चाल है गया. Hmm. अब वो बड़े हो गए वो कॉलेज जाते हैं वो कहते है, वाइब तो वी प्ले टू ओपिनियन ऑन दैट वो कितना चौड़ दिखाते होंगे ना परमेश्वर मुझसे पूछते <laughs> पहले चौड़ नहीं होता ना कर देंगे ने ठीक है वीरे कुछ यू नीड टू हैव पीपल अराउंड यू हु कैन ब्लंटली से नो टू क्योंकि तारीफ तो दुनिया ने करनी है यू योर कोर टीम शुडंट फील प्रेशर्ड टू एग्री विद यू देन आप तो फॉल्ट भी गलत हो अगर गाना चल रहा है तो इवन जब हम स्टोरी नरेशन करते हैं हम वन रेशन में अगर लेट से कोई स्पॉट है कोई और लड़का है उसको भी बिठा लेते हैं क्योंकि वो भी तो ऑडियंस है ना अभी तीन बंदे बात कर रहे हैं बट दे आर फोर पीपल बिहाइंड द कैमरा दे माइट नॉट बी एज कॉन्वर्सेशनल मी बट दे आर गोइंग टू कंज्यूम दिस कॉन्टेंट तो ओपिनियन तो हर बंदे की ब्लंटली ही सुननी hmm. अच्छी है और अगर किसी को कुछ नहीं अच्छा लगा एंड दे आर योर फैन सी आर पीपल हु डोंट लाइक यू दे आर नॉट गोइंग टू लाइक योर कॉन्टेंट रिगार्डलेस ऑफ वॉट यू डू दैट्स फाइन दैट्स इनएविटेबल लेकिन जो आपको पसंद करता है अगर उसको नहीं 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 आपका काम अच्छा अच्छा लग रहा है तो उसकी ओपिनियन भी मैटर कर रही है कि भाई आपको क्या नहीं अच्छा लग? पढ़ते पढ़ते अपने वीडियोस के ऑब्वियसली अपने फैंस दे नहीं होता, सारे पढ़ना पर जो तो क्या है <laughs> वोटो पाई नाल हाँ। दी फिल्म करी थी अपने पापा के साथ में एक्टिंग हाँ मोमेंट बताओ मतलब मुझे डांट पड़ती थी आपको नहीं क्योंकि को एक्टर्स आना यार को मतलब क्योंकि वो सीनियर हैं और उनको ज्यादा पता होगा तो वो डांटते थे क्या कर रहा है असल में हमारा क्या इशू होता है कि माय फादर इज अ प्रोफेसर एंड इज अटर एंड ही इज वेरी पंजाबी लिटरेचर के ही इज अलव मैं कमर्शियल दुनिया का बंदा हूँ और मैं भी वो बात करनी चाहता hmm. हूँ जब मुझे मौका मिला अपनी फिल्म लिखने का तो मैंने दिल दियाँ गलखी डायरेक्टेड की डायरेक्ट की दैट वॉज अबाउट एन इंटरनेशनल स्टूडेंट

ਥੋੜੀ ਰਹਤੀ ਹੈ ਬਟ ਆ ਰੀਲੀ ਫੀਲ ਥੇਅਰ ਮਾਈ ਡੈਡ ਇਜ਼ ਵਨ ਅਮੇজিং ਮੈਨ ਉਹਨਾਂ ਨੇ ਕਦੇ ਵੀ ਆਪਣੀ ਆਈਡੀਓਲੋਜੀ ਮੇਰੇ 'ਤੇ ਨਹੀਂ ਥੋਪੀ ਹੀ ਡਸਨਟ ਡਰਿੰਕ ਹੀ ਡਸਨਟ স্মੋਕ ਹੀ ਡਸਨਟ ਈਟ ਮੀਟ ਅੰਡਾ ਵੀ ਨਹੀਂ ਖਾਤੇ ਬਟ ਹੀ ਨੇਵਰ ਸਟਾਪਡ ਮੀ ਫਰਮ ਡਰਿੰਕਿੰਗ অর ਈਟਿੰਗ ਮੀਟ ਮਾਰੇ ਘਰ ਮੇ ਵੀ ਅੰਡਾ ਨਹੀਂ ਬਣਦਾ ਦਾ ਬਟ ਮੈਂ ਜਮ ਸ਼ੁਰੂ ਕਰਤਾ ਟ੍ਰੇਨਿੰਗ ਕਰਤੇ ਚਿਕਨ ਨਹੀਂ ਸੀ ਬਣਦਾ ਤੇ ਮੈਂ ਡੈਡ ਨੂੰ ਕਹਾ ਡੈਡ ਯਾਰ ਮੈਂ ਬਾਹਰ ਜਾਣਾ ਚਿਕਨ ਵਧੀਆ ਨਹੀਂ ਮਿਲਦਾ ਚੱਲ ਯਾਰ ਤੂੰ ਦੇਖ ਲਾਤਾ ਉਹ ਹੀ ਅਰ ਵੀ ਸਾਰਟਡ ਗਾਇ ही न्यू कि इसकी अपनी जर्नी है मेरी अपनी जर्नी है समटाइम्स वी मीट मीट समझ तो घर एक में रहते हैं कई बार बैठ जाते हैं मिलते हैं एक दूसरे को बात चलती है लेकिन वो शुरू तो बहुत ऐसे <laughs> खुश खुशी के पलों से होती है लेकिन वो खत्म बहुत अन ईजी पॉइंट पे होती है क्योंकि हमारी जर्नीज बहुत डिफरेंट है लेकिन जब मैं वहाँ से जाता हूँ इवेंचुअली लेट से हमारी आज एक बात हुई जिसपे मैं डिसग्री कर गया 2 ਸਾਲ ਕੇ ਬਾਅਦ ਮੂਝੇ ਇਟ ਮੇਕਸ ਸੈਂਸ ਦੈਨ ਬਿਕੋਜ਼ ਹੀ ਇਜ਼ ਐਟ ਅ ਡਿਫਰੈਂਟ ਸਟੇਜ ਇਨ ਹਿਸ ਲਾਈਫ ਤਾਂ ਮੈਨੂੰ ਇਹ ਲੱਗਦਾ ਕਿ ਜਿਹੜੇ ਆਪਣੇ ਪੇਰੈਂਟਸ ਨੇ ਨਾ ਉਹਨਾਂ ਦੀ ਸਾਰੀਆਂ ਗੱਲਾਂ ਸਹੀ ਹੁੰਦੀਆਂ ਨੇ ਕਰੇ ਟਾਈਮ ਤੇ ਆਓ ਦੋਸਤ ਅੱਛੇ ਹੋ ਡਰਿੰਕ ਕਰਕੇ ਬਾਹਰ देर तक ਨਾ ਰਹੋ ਅਬ ਬਾਹਰ ਘਰ ਵਾਲੇ ਕਹਿੰਦੇ ਯਾਰ ਬਾਹਰ देर तक ਮਤ ਰਹੋ देर तक ਮਤ ਰਹੋ ਤੁਮ ਕਰ ਕੀ ਹੋਊਗਾ देर तक ਪਰ ਹੁਣ ਮੇਰਾ ਛੋਟਾ ਭਾਈ ਆ ਜੋ 27 28 ਸਾਲ ਦਾ ਤੇ ਮੈਨੂੰ ਹੁੰਦਾ ਯਾਰ ਤੂੰ

तो घर में खेलेगा फिर घर में गंद भी पाऊगा चीज़ा भी सो यू हैव टू बी प्रिपेयर फॉर दैट जस्ट लाइक अ पॉडकास्ट और मैं यहाँ बैठ बैठ के बड़ी बड़ी बातें बोलूँ और उन पर अमल ना करूँ तो उसका क्या फायदा है तो उही तो गल करो जो तुम कर सभी बच्चा बच्चे तो जो जो एक्सपेक्टेशन थो तो रखनिया पैनगियां mm. कि बच्चे उसी तो झूठ नहीं बोलना तो बच्चे फोन पर नहीं रहना तो बच्चे ने आपको देखना यू हैव टू बी एन एग्जाम्पल ऑफ वॉट यू आर कोचिंग तो दैट्स अव्यू चेंज दैट्स वाई आई सेट की वैन माई चाइल्ड इज अराउंड बी ऑन माई फोन आई वॉन्ट टू बी अराउंडर आई हैव टू बी पिकिंग अपर मैं बोल रहा हूँ कि यार बच्चे को स्क्रीन टाइम नहीं देना बच्चा खेलेगा देन आई नीड टू हेल्प आउट एंड क्लीन आफ्टर माई चाइल्ड तो दैट्स द बिगेस्ट ट्रांजेक्शन और उसके बाद जो बहुत बड़ी चेंज आई है मेरी लाइफ में वो ये है कि स्टार्टड प्राइजिंग माई टाइम टाइम को प्रायोरिटाइज करने लग गया एक तो होता है चीज़ें प्रायोरिटाइज टाइम में करनी एक टाइम को प्रायोरिटाइज करना कि भाई इस तरीक़ से लेके इस तरीक तक मैं कोई काम नहीं करूँगा मुझे कोई फ़ोन ना करो मैं कोई ऐड नहीं शूट करूँगा मैं कोई शो नहीं कर रहा क्योंकि ये टाइम फैमिली का उसमें ऑब्वियसली देर आर एक्सेप्शन की कुछ इंपॉर्टेंट है तो बात करता हूँ बट दैट शुड बी माई अल्टीमेट गोल कि जब मैं काम कर रहा हूँ तो मैं चौबीस घंटे ही काम करूँगा लेकिन जब मैं काम नहीं कर रहा तो मैं बी अराउंड माई डॉटर एंड आई

ਤਾਂ ਮੈਨੂੰ ਲੱਗਦਾ ਕਿ ਜਲਦੀ ਰਿਟਾਇਰ ਕਰਨਾ ਚਾਹੁੰਦਾ ਯੂਸ ਟੂ ਬੀ ਅ ਟਾਈਮ ਵਨ ਆ ਯੂਸ ਟੂ ਸੇ ਕਿ ਮੈਂ 35 ਕੀ ਏਜ ਮੇ ਰਿਟਾਇਰ ਹੋਣਾ ਚਾਹਤਾ ਹੂੰ ਆਈ ਕੁਡ ਲੇਕਿਨ ਮੈਨੂੰ ਹੋਰ ਬਹੁਤ ਚੀਜ਼ਾਂ ਚਾਹੀਦੀਆਂ ਨੇ ਜ਼ਿੰਦਗੀ ਚ ਉਹ ਜਿਹੜੀ ਤੁਹਾਡੇ ਅੰਦਰ ਨੋ ਹੀ ਉਹ ਡੈਵਲਸ ਹਨਾ ਤਾਂ ਜਿਹੜੀ ਉਹ ਤੁਹਾਡੇ ਅੰਦਰ ਇੱਕ ਮਟੀਰੀਅਲਿਜ਼ਮ ਨੂੰ ਲੈ ਕੇ ਥੋੜੀ ਜੀ ਲਸਟ ਹੁੰਦੀ ਹੈ ਕਿਉਂਕਿ ਐਵੇਂ ਆ ਨਾ ਵੀਰੇ ਹੁਣ ਜਿਹੜੇ ਮੇਰੇ ਸਾਥ ਬਹੁਤ ਲੋਕ ਡਿਪੈਂਡੈਂਟ ਨੇ ਮੇਰੇ 'ਤੇ मेरी मेरी फैमिली के, मेरे दोस्त, हुँ, मेरी टीम, तो तो मैं तो रिटायर हो सकता हूं, लेकिन उनका क्या जिन्होंने अपनी जिंदगी के चार चार पाँच पांच, पांच साल मुझे दे दिए तो मेरी लाइबिलिटी ये भी है कि यार उनको भी एक सॉलिड रिटायरमेंट देनी है सो आई एम ट्राइंग टू हेल्प आउट माय टीम नहीं मैं लाडी के गानों पे काम कर रहा हूँ जो मेरे और दोस्त हैं किसी का प्रोडक्शन सेटअप करा रहा हूँ किसी को अ स्पेस

ਬੇਬੀ ਬਲੂ ਕਲਰ ਦੀ ਪੋਰਸ਼ 911 ਲੈਣ ਦਾ ਮੂਡ ਹੈ ਬੇਬੀ ਬਲੂ ਕਲਰ ਰੈੱਡ ਕਲਰ ਦੀਆਂ ਸੀਟ ਬੈਲਟਾਂ ਹੋਣ ਉਹਦੀਆਂ ਤੇ yellow ਕਲਰ ਦੇ ਕੈਲੀਪਰ ਹੋਣ ਮਤਲਬ ਰੈੱਡ ਵੀ ਹੋਵੇ ਥੋੜਾ ਜਿਹਾ yellow ਵੀ ਹੋਵੇ ਤੇ chrome alloy wheel ਹੋਣ ਆਏ ਹਾਏ ਹਾਏ ਚਿੱਟਾ ਗੁੜਤਾ ਜਮਾ ਪਾਇਆ ਹੋਏ ਇਹ ਤਾਂ ਬਈ ਕਸਟਮਾਈਜ਼ੇਸ਼ਨ ਹੀ ਕਰਾਉਣਾ ਪਵੇਗਾ ਆਪਕੋ ਵਾਹ ਯੂਕੇ ਸੇ ਉਹ ਨਹੀਂ ਕੋਈ ਅਮੀਰ ਬੰਦਾ ਜਿਹਨੇ ਕਰਾਈ ਹੋਏ ਉਹਦੀ ਚੱਲੀ ਲੈ ਲਾਂਗੇ ਠੀਕ ਹੈ ਬਸ ਜਿਸ ਦਿਨ ਲੈ ਲੋਗੇ ਹਮੇ ਵੀ ਇੱਕ ਗੇੜੀ ਦਿਲਾ ਦੇਣਾ ਬਸ ਠੀਕ ਹੈ ਉਗਰੇ ਕਿਸ਼ਤਾਂ ਦੇ ਗੱਡੀਆਂ ਹੁੰਦੀਆਂ ਨੇ ਤੁਸੀਂ ਲੈ ਲਓ ਠੀਕ ਹੈ ਨਾ ਬਾਕੀ ਕੰਮ ਛੱਡ ਦੋ ਫਿਰ ਤੋਂ ਭਾਈ ਇਹ ਉਸਕੇ ਲਈ ਉਗਰੇ ਕਿਸ਼ਤੀ ਹੁੰਦੀ ਆ ਔਰ ਕੀ ਹੁੰਦੀ ਆ ਮੈਨੂੰ ਮੇਰੇ ਬੜੇ ਦੋਸਤ ਕਹਿੰਦੇ ਨੇ ਯਾਰ ਜਿਵੇਂ ਲੈ ਲਈ ਭਾਈ ਕਿਸ਼ਤਾ ਤੂੰ ਭਰ ਦੇ ਠੀਕ ਹੈ ਨਾ ਕਿੱਡੀ ਗੱਲ ਹੈ ਜਿਵੇਂ 100000 ਰੁਪਏ ਦੇ ਕੇ ਵੀ ਲੈ ਲਓਗੇ ਤੁਸੀਂ ਠੀਕ ਹੈ ਜਿੱਦਣ ਹੱਥ ਘੜੇ ਹੋਗੇ ਬੈਂਕ ਵਾਲਿਆਂ ਨੂੰ ਕਹਦੇ ਹੋ ਭਾਈ ਲੈ ਜਿਓ ਗੱਡੀ ਕੰਮ ਕਰੀ ਚੱਲੋ ਜਿਵੇਂ ਆਪਨੇ ਬੋਲਿਆ ਨਾ ਬਹੁਤ ਹੀ ਖੁੱਲ ਕੇ ਬੋਲਾ ਕਿਸ਼ਤ ਹੋਤੀ ਹੈ ਲੋਕ ਛੁਪਾਤੇ ਨੇ ਇਹ ਚੀਜ਼ ਕੀ ਆ ਬੋਲਦਾ ਨਹੀਂ ਨਹੀਂ ਪੂਰੀ ਖਰੀਦ ਕੇ ਲਾਇਆ ਹੂੰ ਰੱਬ ਕਰੇ ਇੱਕ ਦਿਨ ਹੂੰ ਪਰ ਜਿੱਥੋਂ ਨਹੀਂ ਵੀ ਆ ਕਿਸ਼ਤ ਉੱਤੇ ਪ੍ਰਾਊਡ ਵੀ ਆ ਨਾ ਘਰ ਤੇ ਕਿਸ਼ਤ ਨਹੀਂ ਆ ਪ੍ਰਾਊਡ ਆ ਜਿੰਨੇ ਕੁ ਜੋਕੇ ਹੈਗੇ ਆ ਕਰ ਲਿਆ ਜਿਹੜੇ ਸ਼ੌਂਕ ਵੀਰੇ ਸ਼ੌਂਕ ਵੀ ਦੇਖੋ ਹਰ ਬੰਦੇ ਦੇ ਨਾ ਸ਼ੌਂਕ ਅੱਡ ਹੁੰਦੇ ਨੇ ਹੁਣ ਮੇਰੇ ਮੈਂ ਆਪਣੇ ਸ਼ੌਂਕ ਤਾਂ ਪਹਿਲੇ ਦਿਨ ਤੋਂ ਹੀ ਪਗਾ ਸਕਦਾ ਸੀ ਨਾ ਜਦੋਂ ਮੈਂ ਆਸਟ੍ਰੇਲੀਆ ਗਿਆ ਸੀਗਾ ਮੈਂ ਉਦੋਂ ਵੀ ਆਪਦੀ ਮਰਜ਼ੀ ਦੀ ਗੱਲ ਲਈ ਸਕਦਾ ਸੀ ਪਰ ਮੈਨੂੰ ਪਤਾ ਸੀ ਕਿ ਯਾਰ ਆਈ ਡੋਨਟ ਥਿੰਕ ਕਿ ਅਗਰ ਮੇਰੇ ਘਰ ਵਾਲੇ اپنی इवन दो माय पेरेंट्स आर वेरी वेल एजुकेटेड दे हैव देयर यू नो फाइनेंसस सॉर्टेड ऐसे नहीं है कि उनके पास पैसे नहीं है पर एक फिर भी मेरे मेरे लिए द अचीवमेंट यही होगी ना कि देखो ਤੁਹਾਡੇ پیسے ਨੇ ਤੁਹਾਡੇ ਰਿਟਾਇਰਮੈਂਟ ਦੇ ਨੇ ਇਹਨੂੰ ਖਰਚੋ ਘੁੰਮੋ ਫਿਰੋ ਭਾਵੇਂ ਉਹਨਾਂ ਨੇ ਸਾਨੂੰ ਹੀ ਦੇ ਦੇਣੇ ਨੇ ਸਾਰੇ ਪੈਸੇ ਉਹਨਾਂ ਨੇ ਆਪਦੇ ਰਿਟਾਇਰਮੈਂਟ ਤੋਂ ਵੀ ਸਾਨੂੰ ਹੀ ਕੁਝ ਲੈ ਕੇ ਦੇ ਦੇਣਾ ਮੇਰੀ ਵਾਈਫ ਨੂੰ ਕੁਝ ਦੇ ਦੇਣਾ ਮੇਰੀ ਬੇਟੀ ਨੂੰ ਦੇ ਦੇਣਾ ਕੁਝ ਪਰ ਮੇਰੀ ਇੱਕ ਰਿਸਪਾਂਸਿਬਿਲਟੀ ਜ਼ਰੂਰ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਸ਼ੌਕਮਨ ਸ਼ੌਕ ਬੰਦੇ ਨੂੰ ਉਦੋਂ ਪਗਾਉਣੇ ਚਾਹੀਦੇ ਨੇ ਜਦੋਂ ਬੰਦਾ ਆਪਣੇ ਰਿਸਪੌਂਸਿਬਿਲਟੀਜ਼ ਤੋਂ ਫ੍ਰੀ ਹੋ ਗਿਆ ਐਂਡ ਯੂ ਸ਼ੁੱਡਨਟ ਗੈਟ ਟੂ ਅਟੈਚਡ ਟੂ ਦੋਜ਼ ਥਿੰਗਸ ਦੈਟਸ ਦ ਬਿਊਟੀ ਕਿ ਗੱਡੀ ਲਈ ਤੁਸੀਂ ਚਲਾ ਲਓ ਚਲੋ ਵਧੀਆ ਮੰਨ ਲਓ ਰੱਬ ਨਾ ਕਰੇ ਤੁਸੀਂ ਤੰਗ ਹੋ ਮੋ ਕਿਸੇ ਦਿਨ ਤਾਂ ਤੁਸੇ ਨੂੰ ਲੈਟ ਗੋ ਵੀ ਕਰ ਦੋ ਇਹ ਠੀਕ ਆ ਯਾਰ ਭਾਈ ਹੈ ਨਹੀਂ ਪੈਸੇ ਲੈ ਜਾ ਪਰ ਜੋ ਤੁਹਾਡੀਆਂ ਮਾਈਲਸਟੋਨਸ ਨੇ ਘਰ ਰਿਸ਼ਤੇ ਦੋਸਤ ਕੰਮਕਾਰ ਉਹਨੂੰ ਇੰਨਾ ਸੇਫਗਾਰਡ ਕਰ ਲਓ ਕਿ ਤੁਹਾਡਾ ਜਿਹੜਾ ਫੇਲੀਅਰ ਹੈ ਜਾਂ ਤੁਹਾਡਾ ਜਿਹੜਾ ਲਾਸ ਹੈ ਉਹ ਤੁਹਾਡੇ ਘਰ ਤੱਕ ਨਾ ਪਹੁੰਚੇ ਉਹ ਜਿਹੜਾ ਸ਼ੇਕ ਹੈ ਉਹ ਤੁਹਾਡੇ ਘਰ ਤੱਕ ਨਾ ਪਹੁੰਚੇ ਕਿ ਦੇਖੋ ਜੀ ਮੈਂ ਜ਼ੀਰੋ ਹੋ ਗਿਆ ਕੋਈ ਚੱਕਰ ਨਹੀਂ ਤੁਸੀਂ ਨਹੀਂ ਹੁੰਦੇ ਹ ਹਮ ਉਦੋਂ ਬਾਅਦ ਖੇਢੀ ਚੱਲੋ ਹੁਣ ਮਤਲਬ ਮੇਰਾ ਫੋਕਸ ਮੇਰਾ ਫੈਮਿਲੀ ਜ਼ਿਆਦਾ ਹੈ ਆਈ ਡੋਟ ਨੋ ਮੇਬੀ ਆਫਟਰ ਮਾਈ ਡਾਟਰ ਹੈਨਾ ਮੈਨੂੰ ਲੱਗਦਾ ਕਿ ਬਸ ਮੈਂ ਜੋ ਕਰਾਂ ਬਸ ਮੈਂ ਉਹਦੇ ਲਈ ਕਰਾਂ ठीक है बाजी बहुत मजा आया आज तो हमें तो बहुत मजा आया बाजी थैंक यू आई होप आपको भी मजा नहीं। आया नहीं नहीं बहुत बढ़िया मेनू बहुत बढ़िया लगया थाने नाल गल करके सारे जने भाई और दा चैनल सब्सक्राइब करो इन्ना नु बहुत ज्यादा सपोर्ट करो बहुत सारा प्यार ते आई थिंक वी नीड मोर ऑफ दिस यार हां बाजी इट्स गुड बिकॉज़ फील के आर्टिस्ट नु भी ना हमेशा एक 15 सेकंड दे शॉर्ट फॉर्म क्लिप तो ही सारे जज कर दे ने हां इट्स गुड टू नो देयर स्टोरीज इट्स गुड टू सॉर्ट ऑफ हमें भी थोड़ा ऐसे मिलता है कि हां यार भाई देखो हम भी आप ही के जैसे हैं